ਹਾਂਜੀ ਮੁਲਾਜ਼ਮ ਸਾਥੀਓ, ਇੱਕ ਵਾਰੀ ਫੇਰ ਤੁਹਾਡਾ ਆਪਣੇ ਚੈਨਲ ਦੇ ਉੱਤੇ ਸਵਾਗਤ ਹੈ। ਕਈ ਤਾਂ ਚਲੋ ਇਹ ਸੋਚਣਗੇ ਵੀ ਉਹੀ ਛੁੱਟੀਆਂ ਦੇ ਸੰਬੰਧੀ ਦੱਸ ਰਹੇ ਨੇ, ਪਰੰਤੂ ਇਹਨਾਂ ਛੁੱਟੀਆਂ ਦੇ ਸੰਬੰਧੀ ਹੀ ਬਹੁਤ ਜ਼ਿਆਦਾ ਟੀਚਰਾਂ ਦੀਆਂ ਜਾਂ ਹੋਰ ਮੁਲਾਜ਼ਮਾਂ ਦੀਆਂ ਕਾਲ ਆਉਂਦੀਆਂ ਰਹਿੰਦੀਆਂ ਨੇ। ਅਤੇ ਚਲੋ ਉਹਨਾਂ ਦੀ ਮੰਗ ਸੀ ਵੀ ਸਾਡੇ ਲਈ ਛੁੱਟੀਆਂ ਦੇ ਬਾਰੇ ਦੇ ਵਿੱਚ ਦੱਸਿਆ ਜਾਵੇ। ਆਪਾਂ ਕੋਸ਼ਿਸ਼ ਕਰਾਂਗੇ, ਤੁਹਾਨੂੰ ਕੁਛ ਕੁ ਲੈਟਰ ਵੀ ਨਾਲ ਨਾਲ ਸ਼ੇਅਰ ਕਰਾਂਗੇ, ਜਿਵੇਂ ਕੋਈ ਕੰਪਿਊਟਰ ਲੀਵ ਵਾਸਤੇ ਆ, ਜਿਹਨੂੰ ਆਪਾਂ ਮੈਡੀਕਲ ਕਹਿ ਦਿੰਦੇ ਹਾਂ, ਜਾਂ ਅਚਨਚੇ ਛੁੱਟੀਆਂ ਬਾਰੇ ਆ, ਸ਼ੋਰਟ ਲੀਵ ਕੀ ਹੁੰਦੀ ਹੈ, ਮੈਟਰਨਿਟੀ ਲੀਵ ਕੀ ਹੁੰਦੀ ਹੈ, ਪਟਰਨਰੀ ਲੀਵ ਕੀ ਹੁੰਦੀ ਹੈ, ਆਪਾਂ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ। ਉਮੀਦ ਹੈ ਤੁਹਾਨੂੰ ਪਸੰਦ ਆਊ, ਜੇ ਪਸੰਦ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਕਿਉਂਕਿ ਆਪਾਂ ਸਮੇਂ ਸਮੇਂ 'ਤੇ ਤੁਹਾਡੇ ਲਈ ਜਾਣਕਾਰੀ ਹੈ ਜੋ ਲੈ ਕੇ ਆਉਂਦੇ ਰਹਿੰਦੇ ਹਾਂ। ਧੰਨਵਾਦ। ਇਹ ਜਿਹੜੇ ਨੋਟਸ ਨੇ, ਇਹ ਆਪਾਂ ਰਿਟਾਇਰਡ ਰਮੇਸ਼ ਮਿੱਤਲ ਜੀ ਨੇ, DCFA ਰਿਟਾਇਰਡ, ਉਹਨਾਂ ਦੇ ਲਏ ਨੇ। ਇਕੱਲੇ ਨਹੀਂ ਹੈ, ਇਹਦੇ ਨਾਲ ਨਾਲ ਆਪਣੇ ਕੋਲ ਹੋਰ ਵੀ ਕਾਫੀ ਮਟੀਰੀਅਲ ਹੈ, CSR ਨਾਲ ਸੰਬੰਧਿਤ ਵੀ ਹੈ। ਚਲੋ ਆਪਾਂ ਨੂੰ ਜਾਰੀ ਕਰਦੇ ਹਾਂ। ਇਹ CSR ਦੇ ਵਿੱਚ ਜਿਹੜਾ ਛੁੱਟੀਆਂ ਹੈਗੀਆਂ, ਉਹ Volume 1 ਦੇ Chapter 8 ਦੇ ਵਿੱਚ ਇਹਦੇ ਬਾਰੇ ਸਾਰਾ ਜ਼ਿਕਰ ਕੀਤਾ ਗਿਆ। ਬਸ ਕਿਸੇ ਮੌਕੇ ਲੈਂਗੁਏਜ ਸਮਝਣ ਦੇ ਵਿੱਚ ਦਿੱਕਤ ਆ ਜਾਂਦੀ ਹੈ, ਹਿੰਦੀ 'ਚ ਅੰਗਰੇਜ਼ੀ ਹੋਈ ਆ ਪਰ ਆਪਾਂ ਉਹ ਸ਼ਬਦਾਵਲੀ ਨਹੀਂ ਸਮਝ ਪਾਉਂਦੇ। ਪਹਿਲਾਂ ਡੈਫੀਨੇਸ਼ਨ, ਕਹਿੰਦੇ ਛੁੱਟੀ ਹੁੰਦੀ ਕੀ ਹੈ? ਲੀਵ ਇਨਕਲੂਡ ਅਰਨਡ ਲੀਵ, ਹਾਫ ਪੇ ਲੀਵ, ਕੰਪਿਊਟਰ ਲੀਵ, ਲੀਵ ਨੋਟ ਡਿਊ ਅਤੇ ਐਕਸਟਾਂਡਰ ਲੀਵ, 8.113। ਕਈ ਲੋਕ ਜਿਹੜੀ ਆਪਾਂ ਸ਼ੋਰਟ ਲੀਵ ਜਾਂ ਅਚਨਚੇ ਛੁੱਟੀ ਭੇਜਦੇ ਉਹਨੂੰ ਹੀ ਛੁੱਟੀ ਗਿਣਦੇ ਨੇ। ਮਤਲਬ ਛੁੱਟੀਆਂ ਦੀ ਡੈਫੀਨੇਸ਼ਨ ਇਹੀ ਹੈ ਵੀ ਉਹ ਛੁੱਟੀਆਂ ਜਿਵੇਂ ਕਮਾਈ ਛੁੱਟੀ, ਅੱਧੀ ਤਨਖਾਹ ਛੁੱਟੀ, ਪਰਿਵਰਤਿਤ ਛੁੱਟੀ ਜਿਹਨੂੰ ਆਪਾਂ ਮੈਡੀਕਲ ਲੀਵ ਕਹਿ ਦਿੰਦੇ ਹਾਂ, ਕੰਪਿਊਟਰ ਲੀਵ ਕਹਿ ਦਿੰਦੇ ਹਾਂ, ਲੀਵ ਨੋਟ ਡਿਊ ਜਿਹਨੂੰ ਐਡਵਾਂਸ ਲੀਵ ਵੀ ਲੋਕ ਬੋਲ ਦਿੰਦੇ ਨੇ, ਜਾਂ ਐਕਸਟਰਾ ਆਰਡੀਨਰੀ ਲੀਵ ਹੈ ਕੋਈ, ਇਹਨਾਂ ਤੋਂ ਬਿਨਾਂ ਗੀ ਉਹ ਸਾਰੀਆਂ ਲੀਵ ਦੇ ਵਿੱਚ ਇਨਕਲੂਡ ਹੁੰਦੀਆਂ ਨੇ। ਲੀਵ ਕਾਨ ਨੋਟ ਵੀ ਕਲੇਮਡ ਐਜ ਏ ਰਾਈਟ। ਕੁਝ ਮੁਲਾਜ਼ਮ ਤਾਂ ਇਸ ਗੱਲ ਦਾ ਗੁੱਸਾ ਕਰਨਗੇ ਕਿ ਸਾਨੂੰ ਇਹ ਆਖਿਆ, ਪਰ ਐਜ ਪਰ CSR ਜਿਹੜੀ ਛੁੱਟੀ ਆ ਉਹ ਕਿਸੇ ਦਾ ਵੀ ਰਾਈਟ ਨਹੀਂ ਹੈ। ਇਹ ਨਹੀਂ ਹੈ ਜੀ ਮੈਨੇ ਛੁੱਟੀ ਅਪਲਾਈ ਕਰਤੀ ਤਾਂ ਮੈਨੂੰ ਹੁਣ ਛੁੱਟੀ ਮਿਲ ਗਈ। ਛੁੱਟੀ ਅਪਲਾਈ ਕਰਨਾ ਜਿਵੇਂ ਕਹਿੰਦੇ ਮੁਲਾਜ਼ਮ ਦੇ ਅਧਿਕਾਰ 'ਚ ਹੈ, ਪਰ ਛੁੱਟੀ ਮਨਜ਼ੂਰ ਕਰਨਾ ਜਿਹੜੀ ਆਪਣੀ ਕੰਪੀਟੈਂਟ ਅਥਾਰਟੀ ਹੈ, ਅਥਾਰਟੀ ਐਂਡ ਪਾਵਰ ਟੂ ਗ੍ਰਾਂਟ ਲੀਵ ਕੈਨ ਰਿਫਿਊਜ ਔਰ ਰਿਵੋਕ। ਰਿਫਿਊਜ ਕਰਨ ਦਾ ਮਤਲਬ ਹੈ ਉਹ ਉਹਨੂੰ ਮਨ੍ਹਾ ਕਰ ਸਕਦੀ ਹੈ, ਰਿਵੋਕ ਕਰਨ ਦਾ ਮਤਲਬ ਰੋਕ ਸਕਦੇ ਨੇ, ਚੇਂਜ ਕਰ ਸਕਦੇ ਨੇ, ਇਹ ਵੀ ਕਰ ਸਕਦੇ। ਕਿਸੇ ਨੇ 10 ਦਿਨ ਦੀ ਛੁੱਟੀ ਮੰਗੀ ਤਾਂ ਅਗਲੇ ਨੇ 5 ਦਿਨ ਦੀ ਛੁੱਟੀ ਦਿੱਤੀ, ਪਰ ਆਮ ਤੌਰ 'ਤੇ ਇਹੋ ਜਿਹੀ ਸੰਭਾਵਨਾ ਘੱਟ ਆਉਂਦੀ ਹੈ, ਕਿਉਂਕਿ ਦੇਖੋ ਛੁੱਟੀ ਸਭ ਨੂੰ ਪਤਾ ਵੀ ਮੁਲਾਜ਼ਮ ਕਦੋਂ ਲੈਂਦਾ, ਜਦੋਂ ਉਹਨੂੰ ਪਰੇਸ਼ਾਨੀ ਹੁੰਦੀ ਹੈ, ਉਹਦੇ ਘਰ ਪਰੇਸ਼ਾਨੀ ਹੈ, ਉਹਨੂੰ ਕੋਈ ਪਰੇਸ਼ਾਨੀ ਹੈ, ਜਾਂ ਆਂਢ ਗੁਆਂਢ 'ਚ ਕੋਈ ਦਿੱਕਤ ਹੈ, ਫੈਮਿਲੀ 'ਚ ਕੋਈ ਪ੍ਰੋਬਲਮ ਹੈ, ਤਦ ਬੰਦਾ ਛੁੱਟੀ ਲੈਂਦਾ। ਅਦਰਵਾਈਜ਼ ਤਾਂ ਛੁੱਟੀ ਲੈਣ ਦਾ ਕਿਸੇ ਦਾ ਜੀ ਨਹੀਂ ਕਰਦਾ, ਅਤੇ ਉਹ ਤੁਹਾਡੀ ਪਰੇਸ਼ਾਨੀ ਨੂੰ ਤੁਹਾਡਾ ਜਿਹੜਾ DDO ਹੈ ਉਹ ਵੀ ਸਮਝਦਾ ਅਤੇ ਤੁਹਾਨੂੰ ਛੁੱਟੀ ਦੇ ਦਿੰਦਾ। ਅੱਗੇ ਹੈ, ਇਫ ਸੱਚਲੀ ਡੂ ਹੀ ਕਹਿਣ ਦਾ ਲੀਵ ਸੈਂਕਸ਼ਨ ਅਥਾਰਟੀ, ਇਫ ਸੱਚਲੀ ਡੂ ਟੂ ਹਿਮ ਰੂਲ 8.115। ਦਾ ਅਥਾਰਟੀ ਕੰਪੀਟੈਂਟ ਟੂ ਗ੍ਰਾਂਟ ਲੀਵ ਮੇ ਪਰਮਿਟ
ਸੰਡੇ ਅਦਰ ਹੋਲੀਡੇ ਔਰ ਵਕੇਸ਼ਨ ਟੂ ਪ੍ਰੀਫਿਕਸ ਔਰ ਫਿਕਸ ਟੂ ਲੀਵ ਔਰ ਬੋਥ ਪ੍ਰੀਫਿਕਸ ਐਂਡ ਫਿਕਸ ਟੂ ਲੀਵ ਇਟ ਦਾ ਸਰਕਮਸਟਾਂਸ। ਕਹਿਣਾ ਕੀ ਚਾਹੁੰਦੇ ਨੇ, ਕਈ ਵਾਰੀ ਕੀ ਹੁੰਦਾ ਜਿਵੇਂ ਮੰਨ ਲਓ ਪਹਿਲਾਂ ਸੰਡੇ ਆ ਗਿਆ, ਹੁਣ ਉਸ ਤੋਂ ਬਾਅਦ ਮੰਡੇ ਦੀ ਅਤੇ ਟਿਊਜ਼ਡੇ ਦੀ ਮੈਡੀਕਲ ਛੁੱਟੀ ਲੈ ਲਈ, ਤਾਂ ਆਪਾਂ ਨੂੰ ਆਮ ਤੌਰ 'ਤੇ ਆਪਾਂ ਦੋ ਦਿਨ ਦੀ ਛੁੱਟੀ ਹੀ ਕਾਊਂਟ ਕਰਦੇ ਹਾਂ। ਕਹਿੰਦੇ ਕੰਪੀਟੈਂਟ ਅਥਾਰਟੀ ਨੇ ਦੇਖਣਾ ਉਹ ਜਿਹੜਾ ਪਹਿਲਾਂ ਵਾਲਾ ਸੰਡੇ ਆ ਉਹ ਵਿੱਚ ਕਾਊਂਟ ਕਰਨਾ ਗਾ ਜਾਂ ਨਹੀਂ ਕਰਨਾ। ਹੁਣ ਹੁੰਦਾ ਕੀ, ਦਿੱਕਤ ਕੀ ਆ ਗਈ, ਮੰਨ ਲਓ ਹੁਣ ਟੀਚਰ ਨੇ ਉਹਨਾਂ ਨੂੰ 30 ਜੂਨ ਦੀਆਂ ਛੁੱਟੀਆਂ ਆ ਗਈਆਂ, ਇੱਕ ਦਿਨ ਪਹਿਲਾਂ ਵੀ ਉਹਨਾਂ ਨੇ ਮੈਡੀਕਲ ਛੁੱਟੀ ਲੈ ਲਈ, ਇੱਕ ਦਿਨ ਬਾਅਦ 'ਚੋਂ ਵੀ ਮੈਡੀਕਲ ਛੁੱਟੀ ਲੈ ਲਈ, ਹੁਣ ਉਹਨੇ 2 ਮੈਡੀਕਲ ਲੈ ਲਈਆਂ, ਤਾਂ ਇਹਦਾ ਮਤਲਬ ਉਹਦੇ ਵਿਚਾਰੇ ਦੇ 32 ਛੁੱਟੀਆਂ ਬਣ ਗਈਆਂ। ਲੇਕਿਨ ਕੰਪੀਟੈਂਟ ਅਥਾਰਟੀ ਚਾਹੇ ਤਾਂ ਇਹ 30 ਛੁੱਟੀਆਂ ਉਹ ਛੱਡ ਸਕਦੇ ਨੇ। ਆਮ ਤੌਰ 'ਤੇ ਵੈਸੇ ਇੱਦਾਂ ਦਿੱਕਤ ਆਉਂਦੀ ਨਹੀਂ, ਲੋਕ ਲੈਂਦੇ ਨਹੀਂ, ਆਪ ਹੀ ਸਿਆਣੇ ਨੇ। ਲੀਵ ਇਨਕੈਸ਼ਮੈਂਟ, ਲੀਵ ਇਨਕੈਸ਼ਮੈਂਟ ਮੈਂ ਤੁਹਾਨੂੰ ਵੈਸੇ ਹੀ ਸਮਝਾਉਣਾ, ਲੀਵ ਇਨਕੈਸ਼ਮੈਂਟ ਤਾਂ ਕਮਾਈ ਛੁੱਟੀ ਦੇ ਪੈਸੇ, ਜੋ ਛੁੱਟੀ ਤੁਸੀਂ ਨੇ ਕਮਾਈ ਹੈ ਉਹਦੇ ਤੁਹਾਨੂੰ ਪੈਸੇ ਮਿਲਣੇ ਨੇ, ਤਾਂ ਪੈਸੇ ਤੁਹਾਨੂੰ ਮੈਕਸੀਮਮ 300 ਛੁੱਟੀ ਦੇ ਮਿਲ ਸਕਦੇ ਨੇ। ਕਿੰਨੀ ਛੁੱਟੀ ਦੇ ਪੈਸੇ ਮਿਲ ਸਕਦੇ ਨੇ? 300 ਛੁੱਟੀ ਦੇ। ਜੇ ਤੁਸੀਂ 300 ਤੋਂ ਵੱਧ ਕਮਾਉਂਦੇ ਹੋ ਤਾਂ ਵੀ 300 ਦੇ ਮਿਲਣੇ ਨੇ, ਜੇ 300 ਤੋਂ ਘੱਟ ਕਮਾਉਂਦੇ ਹੋ, ਮੰਨ ਲਓ ਤੁਸੀਂ 230 ਕਮਾਈਆਂ, ਇਹ ਨਹੀਂ ਹੈ ਵੀ ਤੁਹਾਨੂੰ 300 ਮਿਲਣੇ ਹੀ ਮਿਲਣੇ ਆ, ਫਿਰ ਤੁਹਾਨੂੰ ਕਿੰਨੇ ਦੇ ਮਿਲਣਗੇ? 230 ਦੇ, ਜੋ ਐਕਚੁਅਲ ਕਮਾਈਆਂ, ਵੱਧ ਤੋਂ ਵੱਧ 300। ਤਾਂ ਕਈ ਇਹ ਵੀ ਸੋਚਣਗੇ ਵੀ 300 ਤੋਂ ਵੱਧ ਤਾਂ ਅਸੀਂ ਕਮਾਉਂਦੇ ਹੀ ਨਹੀਂ, ਤਾਂ ਇਹਦੇ ਵਿੱਚ ਵੀ ਆਪਾਂ ਅੱਗੇ ਡਿਸਕਸ ਕਰਾਂਗੇ ਕਮਾਉਂਦੇ ਨੇ ਕਿਹੜੀ ਕੈਟਾਗਰੀ ਕਮਾਉਂਦੀ ਆ, ਉਹ ਵੀ ਤੁਹਾਨੂੰ ਦੱਸਾਂਗੇ। ਅਤੇ ਜਿਹੜੀ ਕਮਾਈ ਛੁੱਟੀ, ਇਹਦੇ ਵਿੱਚ ਤੁਹਾਨੂੰ ਇੱਕ ਦਿਨ ਦੀ ਜਿਹੜੀ ਪੇ ਹੁੰਦੀ ਹੈ ਉਹਦੇ ਹਿਸਾਬ ਨਾਲ ਤੁਹਾਨੂੰ ਪੇ ਮਿਲਣੀ ਹੁੰਦੀ ਹੈ। ਮਤਲਬ ਮੰਨ ਲਓ ਕਿਸੇ ਨੇ 270 ਛੁੱਟੀਆਂ ਕਮਾਈਆਂ, 30 ਦਿਨ ਦਾ ਮਹੀਨਾ ਗਿਣਿਆ ਜਾਂਦਾ, 270 ਵੰਡੇ 30 ਗੁਣਾ ਜਿੰਨੀ ਉਹਦੀ ਪੇ ਬਣਦੀ ਹੈ, ਬੇਸਿਕ ਪੇ। ਇੱਥੇ ਬੇਸਿਕ ਪੇ ਦਾ ਮਤਲਬ ਇਕੱਲੀ ਬੇਸਿਕ ਪੇ ਨਹੀਂ ਹੈ, ਵਿੱਚ DAV ਹੈ, ਵਿੱਚ IRB ਹੈ ਜੇ ਉਹਨੂੰ ਮਿਲੀ ਹੋਈ ਹੈ। ਬੇਸਿਕ ਪੇ ਦਾ ਹੀ ਹਿੱਸਾ ਗਿਣੇ ਜਾਂਦੇ ਨੇ DA ਅਤੇ IR। ਲਗਭਗ 270 ਦਿਨ ਦਾ ਭਾਵ ਉਹਨੂੰ 9 ਮਹੀਨਿਆਂ ਦੀ ਪੇ ਮਿਲ ਜਾਣੀ ਹੈ। ਤਾਂ ਅੱਗੇ ਆਪਾਂ ਚੱਲੀਏ, ਇੱਕ ਇਹਦੇ ਵਿੱਚ ਇੱਕ ਹੋਰ ਰੂਲ ਹੈ, ਇਹ ਹੈਗਾ ਜੇ ਕੋਈ ਬੰਦਾ LTC ਲੈਂਦਾ, ਜਿਹਨੂੰ ਲੀਵ ਟਰੈਵਲ ਕੰਸੈਸ਼ਨ ਕਹਿ ਦਿੰਦੇ ਨੇ, ਇਹ ਹਰ 4 ਸਾਲ ਦੇ ਬਲਾਕ ਦੇ ਵਿੱਚ ਇੱਕ ਵਾਰੀ ਮਿਲਦਾ। ਹੁਣ ਜਿਹੜਾ ਬਲਾਕ ਚੱਲ ਰਿਹਾ 2022 ਤੋਂ ਲੈ ਕੇ 2025 ਚੱਲ ਰਿਹਾ, ਇਹਦੇ ਦੌਰਾਨ ਜੇ ਉਹ ਬੰਦਾ ਕਮਾਈ ਛੁੱਟੀ ਦੇ ਪੈਸੇ ਲੈਣੇ ਚਾਹੁੰਦਾ ਤਾਂ ਉਹਨੂੰ 10 ਦਿਨ ਦੀ ਛੁੱਟੀ ਐਡਵਾਂਸ ਦੇ ਵਿੱਚ ਮਿਲ ਸਕਦੀ ਹੈ, ਰੂਲ ਨੰਬਰ 808.22 ਦੇ। ਪਰ ਇਹ ਜਿਹੜੀਆਂ ਛੁੱਟੀਆਂ ਨੇ ਮੈਕਸੀਮਮ ਕਿੰਨੀਆਂ ਲੈ ਸਕਦਾ? 60 ਲੈ ਸਕਦਾ, ਮਤਲਬ 6 ਬਲੋਕ ਦੇ ਵਿੱਚੋਂ 10-10 ਦਿਨ ਦੀ ਛੁੱਟੀ ਦੇ ਪੈਸੇ ਐਡਵਾਂਸ ਲੈ ਸਕਦਾ ਆਪਦੇ DDO ਨੂੰ ਦੱਸ ਕੇ, DDO ਦੀ ਅਪਰੂਵਲ ਦੇ ਨਾਲ। ਤਾਂ ਅੱਗੇ ਛੁੱਟੀਆਂ ਕੌਣ ਮਨਜ਼ੂਰ ਕਰਦਾ? ਤਾਂ ਛੁੱਟੀਆਂ ਤੁਹਾਨੂੰ ਪਤਾ ਹੀ ਹੈ, ਛੁੱਟੀਆਂ ਤੁਹਾਡਾ DDO ਮਨਜ਼ੂਰ ਕਰਦਾ। ਕੁਝ ਛੁੱਟੀਆਂ ਇੱਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਜਿਵੇਂ ਐਕਸ ਇੰਡੀਆ ਲੀਵ ਹੈ ਜਾਂ ਚਾਈਲਡ ਕੇਅਰ ਲੀਵ ਹੈ ਜਾਂ ਮੈਡੀਕਲ ਲੀਵ ਹੈ ਜ਼ਿਆਦਾ ਦਿਨਾਂ ਦੀ, ਤਾਂ ਫਿਰ ਕੰਪੀਟੈਂਟ ਅਥਾਰਟੀ ਜਿਹਨੇ ਅਪੁਆਇੰਟ ਕੀਤਾ ਵੀ ਹੈੱਡ ਆਫ ਦਾ ਡਿਪਾਰਟਮੈਂਟ ਉਹਨੂੰ ਅਪਰੂਵ ਕਰਦਾ।
ਜਿਵੇਂ ਐਕਸ ਇੰਡੀਆ ਲੀਵ ਕਿਸੇ ਨੇ 3 ਮੰਥ ਦੀ ਲੈਣੀ ਹੈ ਤਾਂ ਉਹ ਸੈਕਟਰੀ ਲੈਵਲ 'ਤੇ ਜਾਂ ਸਰਕਾਰ ਲੈਵਲ 'ਤੇ ਅਪਰੂਵ ਹੁੰਦੀਆਂ ਨੇ। ਉਹ ਅੱਜ ਕੱਲ੍ਹ ਛੁੱਟੀਆਂ HRMS 'ਤੇ ਅਪਲਾਈ ਹੋ ਰਹੀਆਂ ਨੇਗੀਆਂ ਜਾਂ ਈ ਪੰਜਾਬ 'ਤੇ ਅਪਲਾਈ ਹੁੰਦੀਆਂ ਨੇ, ਉਹ ਆਪਣੇ ਆਪ ਹੀ ਅੱਗੇ ਫਾਰਵਰਡ ਹੁੰਦੀਆਂ ਰਹਿੰਦੀਆਂ ਨੇ ਉਹਦੇ ਵਿੱਚ ਸਿਸਟਮ ਦੇ ਵਿੱਚ ਜੈੱਕ ਲੱਗਿਆ ਹੋਇਆ ਅੱਗੇ ਫਾਰਵਰਡ ਕਰਨ ਦਾ। ਤਾਂ ਜਿਹੜੇ ਕੋਈ 1-1, 2-2 ਦਿਨ ਦੀ ਜਾਂ 4-4 ਦਿਨ ਦੀ ਛੁੱਟੀ ਹੈ ਉਹ ਮੋਸਟਲੀ DDO ਲੈਵਲ 'ਤੇ ਹੈ, ਉਸ ਤੋਂ ਜ਼ਿਆਦਾ ਦੀ ਹੈ ਤਾਂ ਅਪੁਆਇੰਟਿੰਗ ਅਥਾਰਟੀ ਹੈ ਜੋ ਤੁਹਾਡੀ ਉਹਦੇ ਕੋਲ ਉਹ ਚਲੀਆਂ ਜਾਂਦੀਆਂ, ਜੇ ਉਸ ਤੋਂ ਵੀ ਜ਼ਿਆਦਾ ਨੇ ਤਾਂ ਉਹ ਛੁੱਟੀਆਂ ਸਰਕਾਰ ਲੈਵਲ ਦਾ ਕੰਮ ਹੈ। ਹੁਣ ਆਪਾਂ ਬਰੀਫ ਨੋਟ ਦੇ ਵਿੱਚ ਆ ਜਾਈਏ। ਪਹਿਲੀ ਹੈਗੀ ਹੈ ਕਮਾਈ ਛੁੱਟੀ। ਕਿਹੜੀ ਛੁੱਟੀ? ਅਰਨਡ ਲੀਵ, ਕਮਾਈ ਛੁੱਟੀ। ਹੁਣੀ ਤੁਹਾਨੂੰ ਗੱਲ ਕੀਤੀ ਸੀ ਮੈਕਸੀਮਮ ਕਿੰਨੇ ਦੇ ਪੈਸੇ ਮਿਲਦੇ ਨੇ, 300 ਦੇ। ਤਾਂ ਇਹ ਜਿਹੜੀ ਕਮਾਈ ਛੁੱਟੀ ਹੈ ਇਹ ਦੋ ਤਰ੍ਹਾਂ ਦੇ ਮੁਲਾਜ਼ਮ ਗਿਣਦੇ ਨੇ, ਇੱਕ ਵਕੇਸ਼ਨਲ, ਦੂਜੇ ਨੌਨ ਵਕੇਸ਼ਨਲ। ਨਾਨ ਵਕੇਸ਼ਨਲ, ਇੱਕ ਵਕੇਸ਼ਨਲ, ਇੱਕ ਨੌਨ ਵਕੇਸ਼ਨਲ। ਵਕੇਸ਼ਨਲ ਜਿਨ੍ਹਾਂ ਨੂੰ ਛੁੱਟੀਆਂ ਹੁੰਦੀਆਂ ਨੇ, ਜਿਵੇਂ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਨੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ, ਉਹ ਵਕੇਸ਼ਨਲ ਸਟਾਫ ਆ ਗਿਆ। ਨੌਨ ਵਕੇਸ਼ਨਲ ਜਿਨ੍ਹਾਂ ਨੂੰ ਛੁੱਟੀਆਂ ਨਹੀਂ ਹੁੰਦੀਆਂ, ਜਿਵੇਂ ਕਲੈਰੀਕਲ ਸਟਾਫ ਜਾਂ ਆਫਿਸ ਦਾ ਸਟਾਫ ਆ ਗਿਆ, ਇਹਨਾਂ ਨੂੰ ਛੁੱਟੀਆਂ ਨਹੀਂ ਹੁੰਦੀਆਂ ਸਰਦੀ ਗਰਮੀ ਦੀਆਂ। ਤਾਂ ਇਹਨਾਂ ਨੂੰ ਛੁੱਟੀਆਂ ਪਹਿਲੇ 10 ਸਾਲ ਦੇ ਵਿੱਚ, 1 ਤੋਂ ਲੈ ਕੇ 10 ਸਾਲ ਤੱਕ ਜਦੋਂ ਨੌਕਰੀ ਹੁੰਦੀ ਹੈ ਤਾਂ ਇਹਨਾਂ ਨੂੰ 1/24 ਦੇ ਹਿਸਾਬ ਨਾਲ ਛੁੱਟੀਆਂ ਮਿਲਦੀਆਂ। ਲਗਭਗ 15.20 ਛੁੱਟੀਆਂ ਬਣ ਜਾਂਦੀਆਂ ਨੇ ਪਹਿਲੇ 10 ਸਾਲ। ਉਸ ਤੋਂ ਬਾਅਦ ਜਦੋਂ ਇਹਨਾਂ ਦੀ ਲੈਂਥ ਆਫ ਸਰਵਿਸ 10 ਤੋਂ ਲੈ ਕੇ ਟੱਪ ਜਾਂਦੀ ਹੈ, 20 ਸਾਲ ਹੋ ਜਾਂਦੀ ਹੈ, ਤਾਂ ਇਹ ਕਿੰਨੀਆਂ ਮਿਲਣ ਲੱਗ ਜਾਂਦੀ? 1/18। ਲਗਭਗ 20 ਛੁੱਟੀਆਂ ਹੋ ਜਾਂਦੀਆਂ ਨੇ। ਅਤੇ ਜਦੋਂ 20 ਤੋਂ ਸਰਵਿਸ ਵੱਧ ਜਾਂਦੀ ਹੈ, 20 ਤੋਂ ਵੱਧ, ਫਿਰ ਇਹ ਮਿਲਣ ਲੱਗ ਜਾਂਦੀ 1/12। ਤੁਸੀਂ ਕਹੋਗੇ 1/12 ਕਿਹਦਾ? 1/12 ਇਹ ਸਾਲ ਦਾ ਲੈਂਦੇ ਆਪਾਂ, 365 ਦਾ। 365 ਨੂੰ 12 'ਤੇ ਵੰਡ ਦਿਉ, ਲਗਭਗ 30.4 ਸਮਥਿੰਗ ਆ ਜਾਣਾ ਤੁਹਾਡਾ। ਤਾਂ ਲਗਭਗ 30.5 ਛੁੱਟੀਆਂ ਤੁਹਾਨੂੰ ਮਿਲ ਜਾਣੀਆਂ ਨੇ। ਅੱਜ ਕੱਲ੍ਹ ਪੁਆਇੰਟਾਂ 'ਚ ਹੀ ਦੇ ਰਹੇ ਨੇ, ਉਂਝ ਵੈਸੇ ਪਹਿਲਾਂ ਇਹ ਕਹਿ ਰਹੇ ਸੀ ਵੀ ਅੱਧੀ ਛੁੱਟੀ ਤੋਂ ਘੱਟ ਹੈ ਤਾਂ ਛੱਡ ਦੇਣੀ, ਅੱਧੀ ਛੁੱਟੀ ਤੋਂ ਵੱਧ ਹੈ ਤਾਂ ਉਹ ਪੂਰੀ ਗਿਣ ਲੈਣੀ ਹੈ। ਚਲੋ ਆਪਾਂ ਹੁਣ ਪੁਆਇੰਟਾਂ 'ਚ ਚੱਲ ਰਿਹਾ ਤਾਂ ਪੁਆਇੰਟਾਂ ਦੇ ਸਿਸਟਮ ਨਾਲ ਹੀ ਤੁਹਾਨੂੰ ਦੱਸਤਾ। ਤਾਂ ਜਿਵੇਂ 1/24 ਹੈ ਤਾਂ 365 ਵੰਡੇ 24 ਕਰਕੇ ਕਲਰਕ ਨੂੰ ਪਹਿਲੇ ਸਾਲ 15.20 ਛੁੱਟੀਆਂ ਉਹਦਾ DDO ਨੂੰ ਦੇ ਦਿੰਦਾ। ਹੁਣ ਮੰਨ ਲਓ ਪਹਿਲੇ ਇੱਕ ਬੰਦੇ ਦੀ 30 ਸਾਲ ਨੌਕਰੀ ਹੋ ਗਈ ਕਿਸੇ ਕਲਰਕ ਦੀ, ਨੌਨ ਵਕੇਸ਼ਨਲ ਸਟਾਫ ਦੀ, ਤਾਂ ਉਹਨੂੰ ਪਹਿਲੇ 10 ਸਾਲ ਕਿੰਨੀਆਂ ਮਿਲ ਗਈਆਂ? 152 ਛੁੱਟੀਆਂ। ਫਿਰ ਦੂਜੇ 10 ਸਾਲ ਉਹਨੂੰ ਲਗਭਗ 203 ਛੁੱਟੀਆਂ ਮਿਲ ਗਈਆਂ। ਅਗਲੇ 10 ਸਾਲ ਉਹਨੂੰ ਕਿੰਨੀਆਂ ਮਿਲ ਗਈਆਂ? ਉਦੋਂ ਉਹਦੀਆਂ 30 ਛੁੱਟੀਆਂ ਹੋ ਗਈਆਂ ਸੀ, 30 ਦੇ ਹਿਸਾਬ ਨਾਲ ਉਹਨੂੰ ਲਗਭਗ 304 ਛੁੱਟੀਆਂ ਮਿਲ ਗਈਆਂ। ਤਾਂ ਹੁਣ ਸਾਰੀਆਂ ਕਿੰਨੀਆਂ ਬਣ ਗਈਆਂ ਜੁੜ ਕੇ? ਲਗਭਗ 650 ਛੁੱਟੀਆਂ ਵਾਂਗੂ ਬਣ ਗਈਆਂ। ਪਰੰਤੂ ਇੱਥੇ ਇੱਕ ਗੱਲ ਤੁਹਾਡੇ ਨਾਲ ਕਰਨ ਵਾਲੀ ਹੈ, ਉਹ ਇਹ ਹੈ ਵੀ ਜਿਹੜੇ ਮੈਕਸੀਮਮ ਛੁੱਟੀਆਂ ਨੇ ਤੁਹਾਡੇ ਖਾਤੇ ਦੇ ਵਿੱਚ, ਉਹ 450 ਹੀ ਹੋ ਸਕਦੀਆਂ। ਜਦੋਂ ਤੁਹਾਡੀਆਂ ਛੁੱਟੀਆਂ 450 ਤੋਂ ਵੱਧ ਗਈਆਂ ਤਾਂ ਫਿਰ ਤੁਹਾਡੀਆਂ ਛੁੱਟੀਆਂ ਤੁਹਾਡੇ ਖਾਤੇ ਦੇ ਵਿੱਚ ਨਹੀਂ ਜੁੜਨਗੀਆਂ। ਇਸੇ ਕਰਕੇ ਹੀ
ਜਦੋਂ ਕਮਾਈ ਛੁੱਟੀਆਂ ਤੁਹਾਡੇ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ 450 ਤੋਂ, ਤਾਂ ਜਿਹੜਾ ਨੌਨ ਵੋਕੇਸ਼ਨਲ ਸਟਾਫ ਹੈ, ਕੋਈ ਦਰਜਾ ਚਾਰ ਨੇ, ਕੋਈ ਕਲੈਰੀਕਲ ਸਟਾਫ ਹੈ, ਜਾਂ ਕੋਈ ਸੁਪਰਡੈਂਟ ਨੇ, ਜਾਂ ਜਿਹੜੇ ਦਫ਼ਤਰਾਂ ਦੇ ਮੁਲਾਜ਼ਮ ਨੇ, ਉਹ ਛੁੱਟੀ ਲੈਣਾ ਸ਼ੁਰੂ ਕਰ ਦਿੰਦੇ। ਕਿਹੜੀ ਛੁੱਟੀ? ਕਮਾਈ। ਤੁਸੀਂ ਦੇਖੋ, ਕਦੇ ਟੀਚਰ ਜਾਂ ਸਕੂਲਾਂ ਦਾ ਸਟਾਫ ਹੈ ਜਾਂ ਜਿਨ੍ਹਾਂ ਨੂੰ ਛੁੱਟੀਆਂ ਮਿਲਦੀਆਂ ਨੇ ਗਰਮੀ ਸਰਦੀ ਦੀਆਂ, ਉਹ ਛੁੱਟੀ ਨਹੀਂ ਲੈਂਦੇ, ਕਮਾਈ ਛੁੱਟੀ ਬਿਲਕੁਲ ਵੀ ਨਹੀਂ ਲੈਂਦੇ। ਬਹੁਤ ਹੀ ਰੇਅਰ ਹੈ ਵੀ ਛੁੱਟੀ ਲੈਂਦੇ ਨੇ। ਕਿਉਂ? ਉਹਨਾਂ ਨੂੰ ਜਿਹੜੀਆਂ ਛੁੱਟੀਆਂ ਮਿਲਦੀਆਂ ਨੇ ਉਹ 8 ਮਿਲਦੀਆਂ ਨੇ ਪ੍ਰਤੀ ਸਾਲ। ਕਿੰਨਾਂ ਨੂੰ ਮਿਲਦੀਆਂ ਨੇ? ਵੋਕੇਸ਼ਨਲ ਸਟਾਫ ਨੂੰ 1 ਸਾਲ। ਇਹ 1990 ਤੋਂ ਮਿਲਣੀਆਂ ਸ਼ੁਰੂ ਹੋਈਆਂ ਨੇ। ਜਿਹੜੇ ਹੁਣ ਤਾਂ ਚਲੋ ਆਪਣੇ ਮੁਲਾਜ਼ਮ ਮੋਸਟਲੀ ਨਵੇਂ ਹੀ ਨੇ, ਜਿਹੜੇ ਪੁਰਾਣੇ ਨੇ ਉਹਨਾਂ ਨੂੰ ਜੇ ਕੋਈ 1982 ਦਾ ਲੱਗਿਆ ਸੀ ਤਾਂ ਪਹਿਲੇ 8-9 ਸਾਲ ਨਹੀਂ ਮਿਲੀਆਂ, 1990 ਤੋਂ ਹੀ ਸ਼ੁਰੂ ਹੋਈਆਂ ਨੇ। ਇੱਥੇ ਵੀ ਕਈ ਲੋਕ ਕਨਫਿਊਜ਼ ਹੋ ਜਾਂਦੇ ਨੇ। ਮੰਨ ਲਓ ਕੋਈ ਬੰਦਾ 24/7/2006 ਨੂੰ ਨੌਕਰੀ 'ਚ ਆਉਂਦਾ, ਤਾਂ ਇਹਨੂੰ 1 ਸਾਲ ਅਕਾਊਂਟ ਦਾ ਕਦੋਂ ਪੂਰਾ ਹੋਣਾ? 23/7/2007। ਤਾਂ ਇਸ 1 ਸਾਲ ਬਾਅਦ ਉਹਦੇ 'ਚ ਕਿੰਨੀਆਂ ਛੁੱਟੀਆਂ ਡਿਊ ਹੋ ਗਈਆਂ? 8 ਸਾਲ। ਕਈ ਕਹਿੰਦੇ ਵੀ ਪੂਰਾ ਸੈਸ਼ਨ ਅਸੀਂ 1 ਜਨਵਰੀ ਤੋਂ ਗਿਣਾਂਗੇ, ਉਹ ਨਹੀਂ ਹੈ। ਤੁਸੀਂ ਡੇਟ ਟੂ ਡੇਟ ਪੂਰਾ ਸਾਲ ਗਿਣ ਕੇ ਵੀ ਉਹਨੂੰ 8 ਛੁੱਟੀਆਂ ਦੇ ਸਕਦੇ ਹੋ, ਠੀਕ ਹੈ ਜੀ। ਇੱਥੇ 8 ਛੁੱਟੀਆਂ, ਮੰਨ ਲਓ 30 ਸਾਲ ਦੀ ਸਰਵਿਸ ਹੋਈ ਤਾਂ 30 × 8 ਕਿੰਨਾ ਹੋਇਆ? 240। ਤਾਂ ਮੈਕਸੀਮਮ ਦੇਖੋ ਨੂੰ 240 ਛੁੱਟੀਆਂ ਹੀ ਉਹਦੀਆਂ ਮਿਲਣੀਆਂ ਨੇ। ਮੈਕਸੀਮਮ 300 ਹੁੰਦੀਆਂ ਉਹਦੀਆਂ, ਤਾਂ ਵਿਚਾਰੇ ਦੇ 300 ਵੀ ਪੂਰੀਆਂ ਨਹੀਂ ਹੋਈਆਂ। ਇਹ 'ਚ ਲਿਖਿਆ ਵੀ ਮੈਕਸੀਮਮ ਕੰਮੂਲੇਸ਼ਨ ਆਫ ਲੀਵ 450। ਅੱਗੇ ਆ ਗਿਆ ਹਾਫ ਪੇ ਲੀਵ। ਹਾਫ ਪੇ ਜਿਹਨੂੰ ਪੰਜਾਬੀ 'ਚ ਬੋਲਦੇ ਆ, ਅੱਧੀ ਤਨਖਾਹ ਛੁੱਟੀ। ਬੋਰ ਤਾਂ ਨਹੀਂ ਹੋ ਰਹੇ? ਚਲੋ ਮੈਂ ਆਪਣੇ ਵੱਲੋਂ ਬੈਸਟ ਕੋਸ਼ਿਸ਼ ਕਰ ਰਿਹਾ, ਤੁਹਾਨੂੰ ਸਮਝ ਲੱਗ ਜੇ ਸਾਰਾ। ਅੱਧੀ ਤਨਖਾਹ ਛੁੱਟੀ। ਕਈ ਬੰਦੇ ਕਹਿੰਦੇ ਮੈਡੀਕਲ ਛੁੱਟੀ। ਮੈਡੀਕਲ ਛੁੱਟੀ ਤਾਂ CSR ਦੇ ਵਿੱਚ ਕਿਤੇ ਟਰਮ ਹੀ ਨਹੀਂ ਹੈ ਵੀ ਮੈਡੀਕਲ ਛੁੱਟੀ ਮਿਲਦੀ ਹੈ। ਉਹ ਛੁੱਟੀ ਦਾ ਨਾਂ ਵਰਤਦੇ ਨੇ ਪਰਿਵਰਤਿਤ ਛੁੱਟੀ। ਹੋ ਸਕਦਾ ਪੰਜਾਬੀ ਦੇ ਵਿੱਚ ਮੇਰੇ ਸਪੈਲਿੰਗ ਦੀ ਮਿਸਟੇਕ ਹੋਵੇ। ਪਰਿਵਰਤਿਤ ਛੁੱਟੀ ਜਿਹਨੂੰ ਅੰਗਰੇਜ਼ੀ 'ਚ ਸ਼ਬਦ ਹੈਗਾ ਕਮਿਊਟਡ ਲੀਵ। ਤਾਂ ਇੱਕ ਮੁਲਾਜ਼ਮ ਨੂੰ ਜਿਹੜਾ ਪੱਕਾ ਮੁਲਾਜ਼ਮ ਹੈ ਉਹਨੂੰ 20 ਅੱਧੀ ਤਨਖਾਹ ਛੁੱਟੀਆਂ ਮਿਲਦੀਆਂ ਨੇ ਪੂਰੇ 1 ਸਾਲ ਦੀਆਂ। ਜਦੋਂ 1 ਸਾਲ ਪੂਰਾ ਹੋ ਜਾਂਦਾ ਨੌਕਰੀ ਦਾ ਤਾਂ ਉਹਨੂੰ 20 ਅੱਧੀ ਤਨਖਾਹ ਛੁੱਟੀਆਂ ਉਹਦੇ ਖਾਤੇ ਦੇ ਵਿੱਚ ਜੁੜ ਜਾਂਦੀਆਂ ਨੇ। ਹੁਣ 20 ਦੇ ਵਿੱਚੋਂ ਜੇ ਮੰਨ ਲਓ ਉਹਨੇ ਕਦੇ ਮੈਡੀਕਲ ਛੁੱਟੀ ਲੈਣੀ ਹੈ ਜਾਂ ਕੰਪਿਊਟਰ ਲੈਣੀ ਹੈ, ਮੈਡੀਕਲ ਤਾਂ ਹੁੰਦੀ ਨਹੀਂ, ਚਲੋ ਬੋਲਦੇ ਮੈਡੀਕਲ, ਆਪਾਂ ਵੀ ਮੈਡੀਕਲ ਬੋਲਤਾ, ਕੰਪਿਊਟਰ ਛੁੱਟੀ ਲੈਣੀ ਹੈ, 1 ਛੁੱਟੀ ਲਊਗਾ ਤਾਂ ਉਹਦੀਆਂ 2 ਹਾਫ ਪੇ, HP ਦਾ ਮਤਲਬ ਹਾਫ ਪੇ, ਤਾਂ ਉਹਦੀਆਂ 2 HPL ਕੱਟੀਆਂ ਜਾਣੀਆਂ। ਹੁਣ ਕਿਸੇ ਨੇ 2 ਮੈਡੀਕਲ ਛੁੱਟੀਆਂ ਲੈਤੀਆਂ ਤਾਂ ਉਹਦੀਆਂ ਕਿੰਨੀਆਂ ਛੁੱਟੀਆਂ ਕੱਟੀਆਂ ਜਾਣਗੀਆਂ? 4 HPL। ਹੁਣ ਇੱਥੇ ਵੀ ਰੌਲਾ ਗਾ ਛੁੱਟੀਆਂ ਦੇ ਵਿੱਚ, ਕੀ ਰੌਲਾ ਗਾ ਆਪਾਂ ਸਮਝਾਉਣਾ ਤੁਹਾਨੂੰ। ਚਲੋ ਆਪਾਂ ਨਾਲ ਲੈਟਰ ਵੀ ਖੋਲ ਲਿਆ। ਇਹ ਰੌਲਾ ਗਿਆ ਅਧਿਆਪਕਾਂ ਵੱਲੋਂ ਮੈਡੀਕਲ ਛੁੱਟੀ ਲੈਣ ਲਈ ਸਪਸ਼ਟੀਕਰਨ। ਹੁਣ ਕਰਮਚਾਰੀ 2 ਦਿਨ ਲਈ ਬਿਮਾਰ ਹੋ ਗਿਆ, ਉਹਨੇ ਹੁਣ ਆਪਦੇ 4 ਹਾਫ ਪੇ ਲਈ ਵੀ ਕਟਾਉਣ ਨੂੰ ਤਿਆਰ ਹੈ, ਤਾਂ ਕੀ ਉਹਦਾ ਜਿਹੜਾ ਹੈੱਡ ਹੈ
ਉਹ ਤਾਂ ਸਰਟੀਫਿਕੇਟ ਦੀ ਮੰਗ ਕਰੂਗਾ ਕਿ ਨਹੀਂ ਕਰੂਗਾ। ਕਿਹੜਾ ਸਰਟੀਫਿਕੇਟ? ਡਾਕਟਰੀ ਸਰਟੀਫਿਕੇਟ। ਕਈ ਡਿਪਾਰਟਮੈਂਟਾਂ ਦੇ ਵਿੱਚ ਚੱਲ ਰਿਹਾ ਹੈਗਾ ਵੀ ਇੱਕ ਦੋ ਦਿਨ ਦਾ ਨਹੀਂ ਮੰਗ ਕਰਦੇ, ਪਰ ਐਜੂਕੇਸ਼ਨ ਡਿਪਾਰਟਮੈਂਟ ਨੇ ਇੱਕ ਲੈਟਰ ਕੱਢਤਾ, ਜੇਕਰ ਕੋਈ ਵੀ ਕਰਮਚਾਰੀ 3 ਦਿਨ ਤੋਂ ਘੱਟ ਦੀ ਮੈਡੀਕਲ ਛੁੱਟੀ ਦੀ ਮੰਗ ਕਰਦਾ, 3 ਦਿਨ ਵੱਧ ਦੀ ਤਾਂ ਦੇਖੋ ਕਲੀਅਰ ਹੀ ਹੈ ਵੀ ਦੇਣਾ ਹੀ ਪੈਣਾ, ਤਾਂ ਕਰਮਚਾਰੀ ਨੂੰ ਮੈਡੀਕਲ ਸਰਟੀਫਿਕੇਟ ਦੇਣ ਲਈ ਕਿਹਾ ਜਾਵੇ। ਕਿਹੜਾ ਪੁਆਇੰਟ? ਪਹਿਲਾ। ਦੂਜਾ ਪੁਆਇੰਟ ਕਲੀਅਰ ਕਰਤਾ ਵੀ ਤੇ ਜੇ ਕੋਈ ਕਰਮਚਾਰੀ ਮੈਡੀਕਲ ਸਰਟੀਫਿਕੇਟ ਪੇਸ਼ ਹੀ ਨਹੀਂ ਕਰਦਾ ਤਾਂ ਉਸ ਦੀ ਮੈਡੀਕਲ ਛੁੱਟੀ ਤੋਂ ਇਲਾਵਾ ਹੋਰ ਕਿਸੇ ਕਿਸਮ ਦੀ ਛੁੱਟੀ ਪ੍ਰਵਾਨ ਕੀਤੀ ਜਾਵੇ। ਕਹਿਣ ਦਾ ਭਾਵ ਉਹਦੀ ਜਿਹੜੀ 2 ਦਿਨ ਦੀ ਛੁੱਟੀ ਸੀ ਉਹਨੂੰ 4 HPL ਨਹੀਂ ਕੱਟਣੀਆਂ, ਉਹਦੀ 2 ਦਿਨ ਦੀ ਛੁੱਟੀ ਨੂੰ ਕੈਂਸਲ ਕਰ ਦੇਣਾ, ਹੋਰ ਕਿਸੇ ਕਿਸਮ ਦੀ ਛੁੱਟੀ, ਚਾਹੇ ਉਹ ਕਮਾਈ ਛੁੱਟੀ, ਚਾਹੇ ਉਹਦੀਆਂ ਹਾਫ ਪੇ ਲੀਵ ਦੇਣ ਜਾਂ ਕੁਛ ਵੀ ਦੇਣ, ਉਹ ਦੇਣਾ। ਠੀਕ ਹੈ, ਲੈਟਰ ਨੂੰ ਤੁਸੀਂ ਸਕਰੀਨਸ਼ੋਟ ਲੈ ਕੇ ਰੱਖ ਸਕਦੇ ਹੋ, ਬੜਾ ਇਹਨਾਂ ਨੇ ਕਲੀਅਰ ਕੀਤਾ ਗਾ, ਸਕਰੀਨਸ਼ੋਟ ਲੈ ਲਓ ਜੇ ਕਿਸੇ ਕੋਲ ਹੈ ਤਾਂ। ਠੀਕ ਹੈ, ਉਸ ਤੋਂ ਬਾਅਦ ਲਗਾਤਾਰ ਜਾਰੀ ਹੋਏ ਵੇ ਨੇ। ਇਹਦੇ ਵਿੱਚ ਇਹ ਵੀ ਕਹਿੰਦੇ ਨੇ ਵੀ ਪ੍ਰਾਈਵੇਟ ਡਾਕਟਰ ਵਗੈਰਾ ਦਾ ਨਾਂ ਹੋਵੇ, ਪਰ ਅੱਜ ਕੱਲ੍ਹ ਚੱਲ ਰਿਹਾ ਕਿਉਂਕਿ ਦੇਖੋ ਸਰਕਾਰੀ ਹੋਸਪਿਟਲ ਹਰੇਕ ਦੀ ਰੇਂਜ 'ਚ ਨਹੀਂ ਹੁੰਦੇ। ਉਸ ਤੋਂ ਬਾਅਦ ਕੱਲ੍ਹ ਵੀ ਮੇਰੇ ਕੋਲ ਇੱਕ ਫੋਨ ਆਇਆ ਸੀ ਕਿ ਸਾਡੇ ਹੈੱਡ ਨੇ ਆਖਿਆ ਵੀ ਸਾਤੋਂ ਅਲਾਓ ਕਰਾਓ ਛੁੱਟੀ, ਅਲਾਓ ਟੂ ਜੁਆਇਨ, ਵੀ ਜਦੋਂ ਤੁਸੀਂ ਫਿੱਟ ਹੋ ਗਏ ਤਾਂ ਤੁਸੀਂ ਇੱਕ ਵਾਰੀ ਅਲਾਓ ਜ਼ਰੂਰ ਕਰਾਓ। ਅਲਾਓ ਬਾਰੇ ਤਾਂ ਦੇਖੋ ਨਹੀਂ ਇੱਥੇ ਕਿਤੇ ਵੀ ਜ਼ਿਕਰ ਹੈਗਾ, ਹਾਂ ਪਰੰਤੂ ਇਹ ਜ਼ਰੂਰ ਹੈ ਤੁਹਾਡਾ ਜਿਹੜਾ ਹੈੱਡ ਹੈ DDO ਹੈ ਤੁਹਾਡੇ ਤੋਂ ਫਿਟਨੈਸ ਮੰਗ ਸਕਦਾ, ਫਿਟਨੈਸ ਦੇ ਸੰਬੰਧੀ ਇਹ ਲੈਟਰ ਹੈ, ਸਕਰੀਨਸ਼ੋਟ ਲੈ ਸਕਦੇ ਹੋ। ਰੂਲ ਨੰਬਰ 8.44 ਦੇ ਤਹਿਤ ਉਹਦੇ ਵਿੱਚ ਡਾਕਟਰ ਤੁਹਾਨੂੰ ਲਿਖ ਕੇ ਦਿੰਦਾ ਗਾ ਵੀ ਜਿਹੜਾ ਇੰਪਲੋਈ ਹੈ ਉਹ ਫਿੱਟ ਟੂ ਜੁਆਇਨ ਡਿਊਟੀ ਹੈ। ਆਈ ਸਿਵਲ ਸਰਜਨ ਪ੍ਰਿੰਸੀਪਲ ਮੈਡੀਕਲ ਅਫਸਰ ਅਸਿਸਟੈਂਟ ਟੂ ਸਿਵਲ ਸਰਜਨ, ਉਹ ਤੁਹਾਨੂੰ ਲਿਖ ਕੇ ਦਊਗਾ ਕਿ ਜਿਹੜਾ ਇੰਪਲੋਈ ਹੈ ਰਿਕਵਰਡ ਹੋ ਗਿਆ ਉਹਦੀ ਇਲਨੈਸ ਤੋਂ ਐਂਡ ਨਾਓ ਫਿੱਟ ਟੂ ਰਜੀਊਮ ਡਿਊਟੀ, ਉਹ ਫਿੱਟ ਹੈ ਆਪਣੀ ਡਿਊਟੀ ਨੂੰ ਜੁਆਇਨ ਕਰਨ ਵਾਸਤੇ। ਤਾਂ ਹੁਣ ਇੱਥੇ ਆਪਣਾ 2 ਟੋਪਿਕ ਕਲੀਅਰ ਹੋ ਗਏ, ਇੱਕ ਤਾਂ ਕੰਪਿਊਟਰ ਲੀਵ ਦਾ, ਦੂਜਾ HPL ਦਾ। ਹੁਣ ਤੀਜੇ ਦੇ ਨਾਲ ਇੱਕ ਸਵਾਲ ਹੋਰ ਖੜ੍ਹਾ ਹੁੰਦਾ, ਇੱਕ ਕਰਮਚਾਰੀ ਦੀ 30 ਸਾਲ ਦੀ ਸਰਵਿਸ ਹੈ, ਆਪਾਂ ਐਗਜ਼ਾਮਪਲ ਲੈ ਕੇ ਸਮਝਾ ਰਹੇ ਹਾਂ, ਉਹਨੂੰ 20 ਦੇ ਹਿਸਾਬ ਨਾਲ 600 ਉਹਦੇ ਖਾਤੇ ਦੇ ਵਿੱਚ ਹਾਫ ਪੇ ਲੀਵ ਜੁੜ ਗਈ, ਤਾਂ 600 ਦੀ ਹੁਣ ਇੱਕ ਮੈਨੂੰ ਟੀਚਰ ਦਾ ਫੋਨ ਹੈ, 600 ਦੇ ਹਿਸਾਬ ਨਾਲ ਕਹਿੰਦਾ 350 ਕੰਪਿਊਟਰ ਲੀਵ ਬਣ ਗਈਆਂ ਜੀ, ਮੈਡੀਕਲ ਲੀਵ ਬਣ ਗਈਆਂ ਕਹਿੰਦਾ 300। ਪਰ ਸਰਕਾਰ ਨੇ ਇੱਥੇ ਕੀ ਕੀਤਾ, ਜਿਹੜੀਆਂ ਮੈਕਸੀਮਮ ਲੀਵ ਨੇ ਮੈਡੀਕਲ ਕੰਪਿਊਟਰ ਲੀਵ ਉਹ ਕਿੰਨੀਆਂ ਲੈ ਸਕਦੇ ਹਾਂ, 240। ਪੂਰੀ ਸਰਵਿਸ ਦੇ ਵਿੱਚ ਵੱਧ ਤੋਂ ਵੱਧ ਇਹ ਸ਼ਬਦ ਹੈ ਮੈਕਸੀਮਮ, ਮੈਕਸੀਮਮ ਕੋਈ ਵੀ ਕਰਮਚਾਰੀ 200 ਛੁੱਟੀ ਨੂੰ ਹੀ ਕਮਿਊਟ ਕਰਾ ਸਕਦਾ, ਮਤਲਬ 240 ਮੈਡੀਕਲ ਛੁੱਟੀਆਂ ਹੀ ਲੈ ਸਕਦਾ। ਹੁਣ ਕਰਮਚਾਰੀ ਦੀ ਕੁੱਲ ਛੁੱਟੀ ਕਿੰਨੀ ਸੀ 30 ਸਾਲਾਂ 'ਚ? 600। ਉਹਨੇ ਜੀ ਵਿੱਚੋਂ 240 ਲੈ ਲਈਆਂ ਕੰਪਿਊਟਰ, ਚਲੋ ਮੈਂ ਵੀ ਸ਼ਬਦ ਮੈਡੀਕਲ ਲਿਖ ਦਿੰਦਾ, ਸਮਝ ਲੱਗ ਜੂ, ਤਾਂ ਹੁਣ 240 ਲੈ ਲਈਆਂ ਤਾਂ ਕੱਟੀਆਂ ਕਿੰਨੀਆਂ ਗੀਆਂ? 600, 240 ਦਾ ਦੁੱਗਣਾ 480,
ਕਿਉਂਕਿ ਇਹਦਾ ਤੁਹਾਨੂੰ ਪਤਾ ਕਿੰਨਾ ਲੈਣਾ ਹੁੰਦਾ ਵੱਡਾ ਫਲ, ਤਾਂ ਉਹਦੇ ਖਾਤੇ ਦੇ ਵਿੱਚ ਕਿੰਨੀਆਂ ਛੁੱਟੀਆਂ ਵੱਜ ਗਈਆਂ 120 HPL। ਤਾਂ ਚਾਹੇ ਤਾਂ ਅੱਧੀ ਤਨਖਾਹ ਦੇ ਉੱਤੇ 120 ਛੁੱਟੀਆਂ ਹੋਰ ਉਹ ਲੈ ਸਕਦਾ, ਪਰ ਇੰਨਾ ਦਿਨ ਜਿਹੜੇ 120 ਉਹ ਲਊਗਾ, ਉਹਦੀ ਜਿਹੜੀ ਉਹਨੂੰ ਤਨਖਾਹ ਮਿਲਣੀ ਹੈ ਉਹ ਪੂਰੇ ਦਿਨ ਦੀ ਨਹੀਂ ਮਿਲਣੀ, ਅੱਧੇ ਦਿਨ ਦੀ ਤਨਖਾਹ ਮਿਲਣੀ ਹੈ। ਜੇ ਉਹਦੀ ਪੂਰੇ ਦਿਨ ਦੀ ਤਨਖਾਹ 2000 ਰੁਪਏ ਬਣਦੀ ਹੈ ਤਾਂ ਉਸ ਦਿਨ ਦੀ ਤਨਖਾਹ ਉਹਨੂੰ ਕਿੰਨੀ ਮਿਲੂਗੀ, ਅੱਧੀ ਮਤਲਬ 1/2 ਕਰਕੇ ਕਿੰਨਾ ਰਹਿ ਗਿਆ, 1000 ਰੁਪਏ ਹੀ ਮਿਲਣੀ। ਅਤੇ ਜਿਹੜੀ ਮੈਡੀਕਲ ਜਿਹੜੀ 240 ਦਿਨ ਨੇ ਉਹ ਤੁਹਾਨੂੰ ਪੂਰੀ ਤਨਖਾਹ ਮਿਲੇਗੀ, ਉਹਦੇ 'ਚ ਤੁਹਾਡੀ ਤਨਖਾਹ ਨਹੀਂ ਕੱਟਣੀ, ਠੀਕ ਹੈ, ਬਸ਼ਰਤੇ ਕਿ ਤੁਸੀਂ ਬਿਮਾਰ ਹੋਵੋ ਅਤੇ ਬਿਮਾਰੀ ਦਾ ਸਰਟੀਫਿਕੇਟ ਤੁਸੀਂ ਕਿਸੇ ਕੰਪੀਟੈਂਟ ਡਾਕਟਰ ਤੋਂ ਬਣਵਾ ਕੇ, MBBS ਡਾਕਟਰ ਹੋਵੇ ਕੋਈ, ਕੋਈ BHMS ਹੋਵੇ, ਕੋਈ MD ਡਾਕਟਰ ਹੋਵੇ, ਤੁਸੀਂ ਉਹ ਤੋਂ ਬਣਾ ਕੇ ਦੇ ਸਕਦੇ ਹੋ। ਅੱਗੇ ਅੱਗੇ ਲੀਵ ਨੋਟ ਡਿਊ, ਮਤਲਬ ਲੀਵ ਅੱਗੇ ਰੂਲ ਵੀ ਲਿਖੇ ਹੋਏ ਨੇ, 8.116 ਕਮਾਈ ਛੁੱਟੀ ਦਾ ਹੈਗਾ, 8.119 ਹਾਫ ਪੇ ਦਾ, ਅਤੇ ਜੇ ਕਮਿਊਟ ਕਰਾਉਣਾ ਤਾਂ 8.119 C ਹੈ। ਕਈ ਬੰਦੇ ਕਹਿ ਰਹੇ ਨੇ ਸਰ ਨੀਚੇ ਵੀ ਕੁਛ ਲਿਖਿਆ ਹੋਇਆ, ਇਹ ਨੀਚੇ ਬੇਟਾ ਜਿਹੜੇ ਕੋਈ ਕੰਟਰੈਕਚੁਅਲ ਸਟਾਫ ਹੈ ਠੇਕਾ ਭਰਤੀ ਦੇ ਲਿਖਿਆ ਟੈਂਪਰੇਰੀ ਇੰਪਲੋਈ, ਇਹ ਉਹਨਾਂ ਵਾਸਤੇ ਰੂਲ ਨੇ, ਠੀਕ ਹੈ। ਤਾਂ ਲੀਵ ਨੋਟ ਡਿਊ, ਹੁਣ ਇੱਕ ਕਰਮਚਾਰੀ ਦੀ ਸਰਵਿਸ 1 ਸਾਲ ਦੀ ਹੋਈ ਹੈ ਮੰਨ ਲਓ, ਉਹਨੂੰ ਹੁਣ 1 ਸਾਲ 'ਚ ਉਹਨੇ ਛੁੱਟੀਆਂ ਦੇ ਵਿਚਾਰੇ ਨੇ 8 ਹੀ ਕਮਾਈਆਂ ਨੇ ਕਮਾਈ, ਅਤੇ ਉਹਨੇ 20 ਕਮਾ ਲਈਆਂ ਹਾਫ ਪੇ ਲੀਵ, ਪਰ ਉਹ ਕਰਮਚਾਰੀ ਜ਼ਿਆਦਾ ਦਿਨਾਂ ਲਈ ਬਿਮਾਰ ਹੋ ਗਿਆ, ਮੰਨ ਲਓ 20 ਦਿਨ ਲਈ ਬਿਮਾਰ ਹੋ ਗਿਆ, ਬਿਮਾਰ ਆ ਹਸਪਤਾਲ 'ਚ ਪਿਆ, 20 ਦਿਨ ਦੇ ਵਿੱਚ ਉਹਦੀ 10 ਦਿਨ ਦੀ ਤਾਂ HPL ਘਟੇਗੀ, 10 ਛੁੱਟੀਆਂ ਤਾਂ ਉਹਨੂੰ ਮਿਲ ਗਈਆਂ ਮੈਡੀਕਲ, ਠੀਕ ਹੈ। ਉਹਦੇ ਕੋਲ ਵਿਚਾਰੇ ਕੋਲ ਕਿੰਨੀਆਂ ਰਹਿ ਗਈਆਂ, ਹੁਣ ਕੋਈ ਵੀ ਨਹੀਂ ਰਹੀ, HPL ਤਾਂ ਖਤਮ ਹੋ ਗਈਆਂ, 8 ਦਿਨ ਦੀ ਉਹਨੇ ਕਮਾਈ ਵੀ ਲੈ ਲਈ ਤਾਂ ਵੀ ਉਹਨੂੰ 2 ਦਿਨ ਹੋਰ ਲੋੜ ਹੈ, ਤਾਂ ਉੱਥੇ ਉਹ ਹੈੱਡ ਨੂੰ ਬੇਨਤੀ ਕਰ ਸਕਦਾ ਵੀ ਮੈਨੂੰ ਲੀਵ ਨੋਟ ਡਿਊ, ਮੈਨੂੰ ਐਡਵਾਂਸ ਲੀਵ ਦੇ ਦਿਓ, ਤਾਂ ਉੱਥੇ ਉਹਨੂੰ ਐਡਵਾਂਸ ਲੀਵ ਐਕਸਟਰਾ ਆਰਡੀਨਰੀ ਲੀਵ ਵੀ ਗ੍ਰਾਂਟ ਕੀਤੀ ਜਾ ਸਕਦੀ ਹੈ। ਪਰ ਇੱਥੇ ਤੁਹਾਡੇ DDO ਦੀ ਮਰਜ਼ੀ ਹੈ ਵੀ ਤੁਹਾਨੂੰ ਉਹ ਐਡਵਾਂਸ ਲੀਵ ਦਿੰਦਾ ਕਿ ਨਹੀਂ ਦਿੰਦਾ, ਫੋਰਸ ਨਹੀਂ ਕਰ ਸਕਦੇ ਆਪਾਂ, ਠੀਕ ਹੈ। ਫਿਰ ਉੱਥੇ ਉਹਦੇ ਕੋਲ ਕੋਈ ਹੱਲ ਨਹੀਂ, ਫਿਰ ਉਹ ਕਿਹੜੀ ਛੁੱਟੀ ਲਊਗਾ ਬਿਨਾਂ ਤਨਖਾਹ ਛੁੱਟੀ, ਜਿਹਨੂੰ ਵਿਦਆਊਟ ਪੇ ਲੀਵ ਕਹਿ ਦਿੰਦੇ ਆਪਾਂ। ਹੁਣ ਲੀਵ ਨੋਟ ਡਿਊ ਦੇ ਵਿੱਚ ਇਹਨਾਂ ਨੇ ਕੀ ਲਿਖਿਆ, ਮੈਕਸੀਮਮ 360 ਲੀਵ ਨੋਟ ਡਿਊ ਮੇ ਬੀ ਗਰਾਂਟਡ ਟੂ GE। GE ਦਾ ਮਤਲਬ ਇਹਨਾਂ ਨੇ ਲਿਖਿਆ ਗੌਰਮੈਂਟ ਇੰਪਲੋਈ, ਡਿਊਰਿੰਗ ਇੰਟਾਇਰ ਸਰਵਿਸ ਆਊਟ ਆਫ ਵਿੱਚ ਨੋਟ ਮੋਰ ਦੈਨ 90 ਡੇ ਐਟ ਏ ਵਨ ਟਾਈਮ। 90 ਤੋਂ ਵੱਧ ਇਕੱਠੀਆਂ ਛੁੱਟੀਆਂ ਨਹੀਂ ਲਿੱਤੀਆਂ ਜਾ ਸਕਦੀਆਂ, ਐਂਡ 180 ਡੇ ਇੰਟਾਇਰ ਸਰਵਿਸ ਵਿਦਆਊਟ ਮੈਡੀਕਲ, ਅਤੇ ਬਿਨਾਂ ਮੈਡੀਕਲ ਤੋਂ ਮਤਲਬ ਬਿਮਾਰ ਵੀ ਹੈ ਨਹੀਂ, ਛੁੱਟੀ ਵੀ ਲੈਣੀ ਚਾਹੁੰਦਾ ਤਾਂ 180 ਦਿਨ ਤੋਂ ਵੱਧ ਨਹੀਂ ਲੈ ਸਕਦਾ। ਸੱਚ ਲੀਵ ਵਿਲ ਵੀ ਡੈਬਿਟਡ ਟੂ ਹਾਫ ਪੇ ਲੀਵ ਅਕਾਊਂਟ ਇਨ ਐਡਵਾਂਸ ਟੂ ਬੀ ਅਰਨਡ ਸਬਸੀਕੁਐਂਟਲੀ, ਮਤਲਬ ਐਡਵਾਂਸ ਦੇ ਵਿੱਚ ਹਜੇ ਉਹਨੇ ਕਮਾਈਆਂ ਨਹੀਂ, ਉਹਨੂੰ ਐਡਵਾਂਸ ਦਿੱਤੀਆਂ ਜਾ ਸਕਦੀਆਂ ਨੇ। ਅੱਗੇ ਹੈਗਾ ਰੂਲ ਐਕਸਟਰਾ ਆਰਡੀਨਰੀ ਲੀਵ ਮੇ ਬੀ ਗਰਾਂਟਡ ਇਨ ਕੇਸ ਨੋ ਅਦਰ ਲੀਵ ਇਜ ਡਿਊ, ਕੋਈ ਹੋਰ ਲੀਵ ਨਾ ਹੋਵੇ, ਉਹਦੇ ਕੋਲ ਕੋਈ ਹੋਰ ਲੀਵ ਹੈ ਨਹੀਂ ਤਾਂ ਉਹਦੇ ਵਿੱਚ ਉਹਨੂੰ ਐਕਸਟਰਾ ਆਰਡੀਨਰੀ ਲੀਵ ਦਿੱਤੀ ਜਾ ਸਕਦੀ ਹੈ।
ਦਾ ਟੈਂਪਰੇਰੀ ਇੰਪਲਾਈ ਦੀ ਸਲੀਵ ਇਜ ਰਿਸਟ੍ਰਿਕਟਡ ਟੂ 2 ਈਅਰ ਐਟ ਵਨ ਟਾਈਮ। ਜੇ ਕੋਈ ਇੰਪਲੋਈ ਟੈਂਪਰੇਰੀ ਹੈ ਤਾਂ ਉਹਨੂੰ ਵੱਧ ਤੋਂ ਵੱਧ 2 ਸਾਲ ਦੀ ਦਿੱਤੀ ਜਾ ਸਕਦੀ ਹੈ, ਅਤੇ ਜੇ ਉਹਦੀ ਸਰਵਿਸ 1 ਸਾਲ ਤੋਂ ਵੱਧ ਹੈ ਤਾਂ ਉਹਨੂੰ 1 ਸਾਲ ਦੀ ਦਿੱਤੀ ਜਾ ਸਕਦੀ ਹੈ, ਜਾਂ ਉਹਦੀ ਸਰਵਿਸ 1 ਸਾਲ ਤੋਂ ਘੱਟ ਹੈ। ਇਹ ਰੂਲ ਹੈਗਾ 8.121 ਅਤੇ 8.137। ਇੱਕ ਤਰ੍ਹਾਂ ਇਹਨਾਂ ਛੁੱਟੀਆਂ ਨੂੰ ਕੋਈ ਨਹੀਂ ਲੈਂਦਾ। ਮੇਨਲੀ ਛੁੱਟੀਆਂ ਆਪਣੀਆਂ 3-4 ਹੀ ਚੱਲਦੀਆਂ ਨੇ। ਇੱਕ ਅਰਨਡ ਲੀਵ ਹੈ, ਈਐਲ, ਹਾਫ ਪੇ ਲੀਵ ਹੈ ਜਿਹਨੂੰ HPL ਕਹਿੰਦੇ ਆ, ਤੀਜੀ ਹੈਗੀ ਮੈਡੀਕਲ ਲੀਵ ਜਿਹਨੂੰ ਕੰਪਿਊਟਰਡ ਲੀਵ ਕਹਿ ਦਿੰਦੇ ਹਾਂ, ਫਿਰ ਉਸ ਤੋਂ ਬਾਅਦ ਆਉਂਦੇ ਸੀ ਲੀਵ ਜਿਹਨੂੰ ਅਚਨਚੇ ਛੁੱਟੀ ਕਹਿੰਦੇ ਆ, ਉਹਦੇ ਬਾਰੇ ਆਪਾਂ ਅੱਗੇ ਦੇਖਾਂਗੇ। ਇਹੀ 4 ਛੁੱਟੀਆਂ ਨੇ ਜਿਹੜੇ ਵੱਧ ਤੋਂ ਵੱਧ ਲੋਕ ਲੈਂਦੇ ਨੇ ਜਾਂ ਤੁਸੀਂ ਲੈਂਦੇ। ਇਹਨਾਂ ਤੋਂ ਬਿਨਾਂ ਜਿਹਨੂੰ ਕੋਈ ਬਾਹਲੀ ਮਜਬੂਰੀ ਆ ਉਹ ਵਿਦਾਊਟ ਪੇ ਲੀਵ ਲੈ ਲੈਂਦਾ, ਪਰ ਧਿਆਨ ਰੱਖਿਆ ਕਰੋ ਵਿਦਾਊਟ ਪੇ ਲੀਵ ਜੇ ਲੈਣੀ ਹੈ ਤਾਂ ਤੁਹਾਡਾ ਬ੍ਰੇਕ ਸਰਵਿਸ 'ਚ ਪੈਂਦਾ। ਬ੍ਰੇਕ ਤੋਂ ਬਚਣ ਦੇ ਮਾਰੇ ਤੁਸੀਂ ਇਹ ਛੁੱਟੀ ਮੈਡੀਕਲ ਆਧਾਰ 'ਤੇ ਲੈ ਲਿਆ ਕਰੋ। ਮਤਲਬ ਜੇ ਬਿਮਾਰੀ ਹੈ, ਬਿਮਾਰੀ ਦੇ ਵਿੱਚ ਲੈਣੀ ਹੈ ਤਾਂ ਮੈਡੀਕਲ ਵੇਸਤੇ 'ਚ ਲਉਂਗੇ ਤਾਂ ਤੁਹਾਡਾ ਬ੍ਰੇਕ ਨਹੀਂ ਮੰਨਿਆ ਜਾਂਦਾ। ਅੱਗੇ ਆ ਗਿਆ ਸਪੈਸ਼ਲ ਕਾਇੰਡ ਆਫ ਲੀਵ, ਸਪੈਸ਼ਲ ਡਿਸਬਿਲਿਟੀ ਲੀਵ। ਇੱਦਾਂ ਦੀ ਛੁੱਟੀਆਂ ਘੱਟ ਹੀ ਕੋਈ ਲੈਂਦਾ ਅਤੇ ਘੱਟ ਹੀ ਕੋਈ ਦਿੰਦਾ। ਸਪੈਸ਼ਲੀ ਮੇ ਬੀ ਗਰੰਟਡ ਇਨ ਕੇਸ ਆਫ ਡਿਸਬਿਲਿਟੀ, ਕਿਸੇ ਬੰਦੇ ਨੂੰ ਕੋਈ ਡਿਸੇਬਲ ਹੈ ਅਤੇ ਉਹਨੂੰ ਆਉਣ ਜਾਣ 'ਚ ਕਾਫੀ ਸਮੱਸਿਆ, ਤਾਂ ਉਹ ਗੌਰਮੈਂਟ ਲੈਵਲ 'ਤੇ ਮਨਜ਼ੂਰ ਕਰਾ ਸਕਦਾ ਅਤੇ ਉਹ 24 ਮਹੀਨਿਆਂ ਤੋਂ ਜ਼ਿਆਦਾ ਇਹ ਨਹੀਂ ਛੁੱਟੀ ਹੋ ਸਕਦੀ। ਸੇਮ ਸਟੱਡੀ ਲੀਵ ਦਾ ਵੀ ਇਹੀ ਹੈ, ਇਹ ਵੀ 2 ਸਾਲ ਤੱਕ ਮਿਲ ਸਕਦੀ ਹੈ। ਇਹਨੂੰ ਵੀ ਸੈਂਕਸ਼ਨ ਅਥਾਰਟੀ ਗੌਰਮੈਂਟ ਹੈ, ਸਰਕਾਰ ਹੈ, 71 ਹੈ। ਅੱਗੇ ਤਾਂ ਕਾਫੀ ਜ਼ਰੂਰੀ ਹੈ ਪ੍ਰਸੂਤਾ ਛੁੱਟੀ, ਇਹਦੇ ਬਾਰੇ ਸਮਝ ਲਓ, ਕਿਉਂਕਿ ਸਾਰੀਆਂ ਜਿਹੜੀਆਂ ਆਪਣੇ ਮਹਿਲਾਵਾਂ ਨੇ ਵਿਆਹ ਤੋਂ ਬਾਅਦ ਉਹਨਾਂ ਨੂੰ ਇਸ ਚੀਜ਼ ਦੀ ਜ਼ਰੂਰਤ ਪੈਂਦੀ ਹੈ ਕਿ ਉਹਨਾਂ ਨੂੰ ਜਣੇਪਾ, ਪ੍ਰਸੂਤਾ ਕਹਿ ਦਿੰਦੇ, ਜਣੇਪਾ ਛੁੱਟੀ ਕਹਿ ਦਿੰਦੇ ਨੇ, ਮਟੰਟ ਲੀਵ ਵੀ ਕਹਿ ਦਿੰਦੇ ਆਪਾਂ। 3 ਦੇ ਨਾਮ ਆਪਣੇ ਕੋਲ ਮੇਰੇ ਧਿਆਨ 'ਚ ਆ ਗਏ, ਠੀਕ ਹੈ। ਇਹ ਛੁੱਟੀ ਤੁਹਾਨੂੰ ਮਿਲਦੀ ਹੈ ਔਰਤਾਂ ਨੂੰ 180 ਦਿਨ ਦੀ। ਕਿੰਨੇ ਦਿਨ ਦੀ ਛੁੱਟੀ ਮਿਲਣੀ ਹੈ? 180 ਦਿਨ। ਇਹਦੇ ਵਿੱਚ ਕਨਫਿਊਜ਼ਨ ਲਗਾਤਾਰ ਹੀ ਬਣੀ ਰਹਿੰਦੀ ਹੈ। ਦੇਖੋ 2 ਬੱਚਿਆਂ ਤੱਕ ਤਾਂ ਸਭ ਨੂੰ ਕਲੀਅਰ ਹੈ ਵੀ 180 ਦਿਨ ਦੀ ਛੁੱਟੀ ਮਿਲੂਗੀ, ਪਰ ਇਹ ਛੁੱਟੀ 3 ਬੱਚਿਆਂ ਤੱਕ ਮਿਲਦੀ ਹੈ। ਉਹਦੇ ਮਤਲਬ 2 ਤੋਂ ਵੱਧ ਬੱਚੇ ਜਿਉਂਦੇ ਨਾ ਹੋਣ ਫਿਰ ਉਹਨੂੰ ਛੁੱਟੀ ਮਿਲ ਜੂ। 2 ਲਿਵਿੰਗ ਚਾਈਲਡ, ਜਿਹੜੇ 2 ਬੱਚੇ ਨੇ ਜਿਉਂਦੇ ਤਾਂ ਉਹਨੂੰ 3ਜੇ ਬੱਚੇ ਵਾਸਤੇ ਛੁੱਟੀ ਮਿਲਦੀ ਹੈ, ਲੇਕਿਨ ਜਿਹੜੇ 3 ਬੱਚੇ ਪਹਿਲਾਂ ਜਿਉਂਦੇ ਨੇ ਫਿਰ ਉਹਨੂੰ ਉਹ ਛੁੱਟੀ ਨਹੀਂ ਮਿਲਦੀ। ਆਪਾਂ ਪੜ੍ਹ ਵੀ ਲੈਂਦੇ ਹਾਂ, ਫੀਮੇਲ ਗੌਰਮੈਂਟ ਇੰਪਲਾਈ ਮੇ ਵੀ ਗਿਵਨ 180 ਡੇ ਮਟਰਨਿਟੀ ਲੀਵ ਅਪ ਟੂ 3 ਚਿਲਡਰਨ, 3 ਬੱਚਿਆਂ ਤੱਕ ਮਿਲਦੀ ਹੈ। ਕਈ ਇੱਥੇ ਹੋਰ ਕਨਫਿਊਜ਼ ਕਰਦੇ ਨੇ ਵੀ ਕੁੜੀ ਜੇ ਪਹਿਲਾਂ 2 ਕੁੜੀਆਂ ਨੇ ਫਿਰ 3ਜੀ ਛੁੱਟੀ ਮਿਲੂਗੀ। ਇੱਦਾਂ ਦਾ ਕੋਈ ਰੂਲ ਨਹੀਂ ਹੈ, ਕੁੜੀ ਮੁੰਡੇ ਦਾ 'ਚ ਕੋਈ ਫਰਕ ਨਹੀਂ ਹੈ, ਚਾਹੇ ਪਹਿਲਾਂ 2 ਮੁੰਡੇ ਹੋਣ ਤਦ ਵੀ ਤੁਹਾਨੂੰ 3ਜੇ ਬੱਚੇ ਵਾਸਤੇ ਛੁੱਟੀ ਮਿਲ ਜਾਏਗੀ। ਨੋ ਮਟਰਨਿਟੀ ਲੀਵ ਸ਼ੈਲ ਬੀ ਗਰੰਟਡ ਟੂ ਫੀਮੇਲ ਇੰਪਲੋਈ ਹੈਵਿੰਗ 3 ਔਰ ਮੋਰ ਲਿਵਿੰਗ ਚਾਈਲਡ, ਜਿਹਦੇ 3 ਜਾਂ 3 ਤੋਂ ਜ਼ਿਆਦਾ ਬੱਚੇ ਜਿਉਂਦੇ ਨੇ। ਹੁਣ 3 ਜਾਂ 3 ਤੋਂ ਭਾਵ ਮਤਲਬ 3 ਬੱਚੇ ਪਹਿਲਾਂ ਜਿਉਂਦੇ ਨੇ, ਇਹਦਾ ਮਤਲਬ ਉਹਦਾ ਜਿਹੜਾ ਬੱਚਾ ਹੋਣ ਜਾ ਰਿਹਾ ਉਹ 4ਵਾਂ ਹੋ ਗਿਆ, 4th, ਫਿਰ ਇਹ ਛੁੱਟੀ ਨਹੀਂ ਮਿਲਣੀ।
ਇਹਦੇ ਨਾਲ ਨਾਲ ਇੱਕ ਛੁੱਟੀ ਹੋਰ ਹੁੰਦੀ ਹੈ ਅਬੋਰਸ਼ਨ ਲੀਵ। ਕਿਹੜੀ ਛੁੱਟੀ ਹੁੰਦੀ ਹੈ? ਅਬੋਰਸ਼ਨ ਲੀਵ। ਜਿਹੜੀ ਅਬੋਰਸ਼ਨ ਲੀਵ ਹੈ, ਅਬੋਰਸ਼ਨ ਦਾ ਮਤਲਬ ਕੀ ਹੈ? ਗਰਭਪਾਤ ਹੋ ਗਿਆ, ਮਿਸਕੈਰੇਜ ਹੋ ਗਿਆ, ਥੋੜ੍ਹਾ ਸੁਧਰਿਆ ਰੂਪ ਹੈ ਮਿਸਕੈਰੇਜ, ਤਾਂ ਵੀ ਉਹਨੂੰ ਛੁੱਟੀ ਮਿਲ ਸਕਦੀ ਹੈ ਕਿੰਨੇ ਹਫ਼ਤਿਆਂ ਦੀ? 6 ਵੀਕ ਦੀ। ਪਰ ਇਹਦੇ ਵਿੱਚ ਇਹ ਕੰਡੀਸ਼ਨ ਹੈ ਜ਼ਰੂਰੀ ਵੀ 2 ਵੀਕ ਤੋਂ ਘੱਟ ਇੱਕ ਸਪੈਲ ਨਾ ਹੋਵੇ, ਮਤਲਬ ਪੂਰੀ ਸਰਵਿਸ ਦੇ ਵਿੱਚੋਂ 6 ਹਫ਼ਤਿਆਂ ਤੱਕ ਦੀ ਛੁੱਟੀ ਉਹਨੂੰ ਦਿੱਤੀ ਜਾ ਸਕਦੀ ਹੈ। ਪਰ ਉਹਦੇ ਵਾਸਤੇ ਉਹਦੇ ਬੱਚਿਆਂ ਦੀ ਕੰਡੀਸ਼ਨ ਕਿੰਨੀ ਹੈ? ਲੈੱਸ ਦੈਨ 2 ਚਾਈਲਡ, ਮਤਲਬ ਇੱਕ ਬੱਚਾ ਲਿਵਿੰਗ ਹੈ, ਦੂਜਾ ਬੱਚਾ ਹੁਣ ਜਾ ਰਿਹਾ ਸੀ ਉਸ ਸਮੇਂ ਉਹਦਾ ਮਿਸਕੈਰੇਜ ਹੋ ਗਿਆ, ਤਾਂ ਉਹਨੂੰ ਉਹ ਛੁੱਟੀ ਮਿਲ ਸਕਦੀ ਹੈ। ਤਾਂ ਦੇਖੋ ਇਹਦੇ ਸੰਬੰਧੀ ਮੈਂ ਤੁਹਾਨੂੰ CSR ਦੇ ਪੇਜ ਵੀ ਦਿਖਾ ਰਿਹਾ ਗਾ। ਪ੍ਰਸੂਤਾ ਛੁੱਟੀ ਇਹਦੇ ਵਾਸਤੇ ਕਹਿੰਦੇ ਤੁਹਾਨੂੰ ਬਿਮਾਰ ਹੋਣ ਦੀ ਲੋੜ ਨਹੀਂ, ਕਿਉਂਕਿ ਦੇਖੋ ਬੱਚੇ ਦਾ ਹੋਣਾ ਕੋਈ ਇੱਕ ਤਰ੍ਹਾਂ ਨਾਲ ਕਹਿੰਦੇ ਬਿਮਾਰੀ ਨਹੀਂ ਹੈ, ਉਹਨੂੰ ਮੈਡੀਕਲ ਸਰਟੀਫਿਕੇਟ ਪੇਸ਼ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਛੁੱਟੀ ਬੱਚਾ ਹੋਣ ਤੋਂ ਕਿੰਨੇ ਦਿਨ ਵੀ ਪਹਿਲਾਂ ਲਿੱਤੀ ਜਾ ਸਕਦੀ ਹੈ। ਮੰਨ ਲਓ ਬੱਚਾ ਕਿਸੇ ਦੇ 15 ਜੁਲਾਈ ਦੀ ਡੇਟ ਹੈ, ਤਾਂ ਉਹ ਹੁਣ ਵੀ ਜਿਵੇਂ ਅੱਜ 17 ਮਈ ਨੂੰ ਵੀ ਉਹ ਛੁੱਟੀ ਕਲੇਮ ਕਰ ਸਕਦਾ। ਪਰ ਉਹ ਛੁੱਟੀ 17 ਮਈ ਤੋਂ ਸ਼ੁਰੂ ਹੋ ਜੂ ਅਤੇ 180 ਦਿਨ ਜਦੋਂ ਖਤਮ ਹੋ ਗਏ ਤਾਂ ਛੁੱਟੀ ਤੁਹਾਡੀ ਖਤਮ ਹੋ ਜਾਣੀ। ਪਰ ਜੇ 15 ਤਰੀਕ ਨੂੰ ਡਿਲੀਵਰੀ ਹੋ ਗਈ ਤਾਂ 15 ਤਰੀਕ ਤੋਂ ਤੁਹਾਡੀ ਉਹ ਛੁੱਟੀ ਬਾਏ ਡਿਫਾਲਟ 180 ਦਿਨ ਚੱਲ ਪੈਣੀ ਹੈ। ਅਬੋਰਸ਼ਨ ਲਈ ਵੀ ਇੱਥੇ ਵੀ ਲਿਖਿਆ ਸਮੁੱਚੇ ਕਾਲ ਦੌਰਾਨ 45 ਦਿਨ ਲਈ ਹੀ ਦਿੱਤੀ ਜਾ ਸਕਦੀ ਹੈ, ਠੀਕ ਹੈ? ਇੱਥੋਂ ਵੀ ਤੁਸੀਂ ਨੋਟ ਕਰ ਸਕਦੇ ਹੋ। ਇਹਦੇ ਨਾਲ ਨਾਲ ਇੱਕ ਤੁਹਾਨੂੰ ਇੱਥੇ ਕੁਆਰਟਾਈਨ ਲੀਵ ਬਾਰੇ ਦੱਸਦੇ ਹਾਂ, ਉਹ 'ਚ ਥੋੜ੍ਹਾ ਜ਼ਿਕਰ ਨਹੀਂ ਹੈ। ਕੁਆਰਟਾਈਨ ਲੀਵ ਦਾ ਮਤਲਬ ਛੂਤ ਦੇ ਰੋਗਾਂ ਕਾਰਨ ਛੁੱਟੀ, ਜਿਹੜੇ ਰੋਗ ਇੱਕ ਦੂਜੇ ਤੋਂ ਫੈਲ ਸਕਦੇ ਨੇ। ਇਹ ਛੁੱਟੀ ਵੀ ਨਿਯਮ 8.60 ਅਧੀਨ ਰੈਗੂਲਰ ਮੁਲਾਜ਼ਮਾਂ ਨੂੰ ਛੁੱਟੀ ਮਿਲਦੀ ਹੈ ਅਤੇ ਇਹ ਛੁੱਟੀ ਨਹੀਂ ਸਮਝ, ਮਤਲਬ ਤੁਹਾਡੇ ਖਾਤੇ 'ਚੋਂ ਕੱਟੀ ਨਹੀਂ ਜਾਂਦੀ। ਕਿਸੇ ਮੁਲਾਜ਼ਮ ਦੇ ਘਰ ਜਾਂ ਪਰਿਵਾਰ ਵਿੱਚ ਛੂਤ ਦੀ ਬਿਮਾਰੀ ਹੈ ਤਾਂ 21 ਦਿਨ ਤੱਕ ਵਿਸ਼ੇਸ਼ ਹਾਲਤਾਂ ਵਿੱਚ, ਵਿਸ਼ੇਸ਼ ਮਤਲਬ ਜ਼ਿਆਦਾ ਹੀ ਗੰਭੀਰ ਬਿਮਾਰੀ ਹੈ, ਤਾਂ 30 ਦਿਨ ਤੱਕ ਇਹ ਛੁੱਟੀ ਦਿੱਤੀ ਜਾ ਸਕਦੀ। ਇਹ ਛੁੱਟੀ ਨੂੰ ਦਫ਼ਤਰ ਦਾ ਮੁਖੀ ਐੱਸ ਐੱਮ ਓ ਵੱਲੋਂ ਜਦੋਂ ਸਰਟੀਫਿਕੇਟ ਦੇਤਾ ਜਾਂ ਮੈਡੀਕਲ ਅਫਸਰ ਨੇ ਦੇਤਾ ਤਾਂ ਛੁੱਟੀ ਦਿੱਤੀ ਜਾ ਸਕਦੀ। ਕਿਹੜੇ ਕਿਹੜੇ ਰੋਗਾਂ ਦੇ ਵਿੱਚ ਲਿਖਿਆ ਇਹਨਾਂ ਨੇ? ਹੈਜਾ, ਚੇਚਕ, ਪਲੇਗ, ਡੈਪੇਥੈਰੀਆ, ਟਾਈਪਸ ਫੀਵਰ, ਮੈਨੂੰ ਵੀ ਇੰਨਾ ਬੋਲਣਾ ਇਹਨਾਂ ਨੇ, ਸਾਈਬੇਰੇ ਬੋਰਸਮੀਆ, ਮੀਨਿੰਗ ਲਾਈਫ ਸੰਬੰਧੀ ਕੀ ਲਿਖਿਆ ਨਾ, ਇਹਨਾਂ ਬਿਮਾਰੀਆਂ ਦੇ ਵਿੱਚ ਜਾਂ ਚਿਕਨ ਬੋਕਸ ਦੇ ਵਿੱਚ ਜਿਵੇਂ ਵੱਡੀ ਮਾਤਾ ਹੋ ਗਈ, ਪਲੇਗ ਫੈਲ ਗਈ, ਚੇਚਕ ਫੈਲ ਗਈ, ਅੱਜ ਕੱਲ੍ਹ ਤਾਂ ਚਲੋ ਇੱਦਾਂ ਦੀਆਂ ਬਿਮਾਰੀਆਂ ਵੀ ਘੱਟ ਗਈਆਂ, ਤਾਂ ਇਹਨਾਂ ਦੇ ਵਿੱਚ ਇੱਕ ਬਿਮਾਰੀ ਆਪਣੀ ਆਈ ਸੀ ਕਰੋਨਾ, ਉਹਦਾ ਵੀ ਇਹਨਾਂ ਨੇ ਜਾਰੀ ਕੀਤਾ ਸੀ ਵੀ 7 ਦਿਨ ਤੱਕ ਉਹ ਛੁੱਟੀ ਮਿਲ ਸਕਦੀ ਸੀ ਉਦੋਂ। ਪਰ CSR ਕਹਿੰਦੇ ਜਦੋਂ ਬਣੀ ਸੀ ਉਦੋਂ ਕਰੋਨਾ ਬਿਮਾਰੀ ਵੀ ਨਹੀਂ ਸੀ, ਤਾਂ ਇਸ ਕਰਕੇ ਕੁਛ ਕੁ ਹੈੱਡ ਇਹ ਛੁੱਟੀ ਨੂੰ ਦੇਣ ਤੋਂ ਇਨਕਾਰੀ ਵੀ ਹੋ ਗਏ ਸੀ। ਚਲੋ ਵੱਡੀ ਗੱਲ ਹੈ ਵੀ ਇੱਦਾਂ ਦੀਆਂ ਬਿਮਾਰੀਆਂ ਜਾਂ ਆਪਾਂ ਨੂੰ ਬਚੇ ਰਹੀਏ ਤਾਂ ਵਧੀਆ ਗੱਲ ਹੈ ਨਾ। ਤਾਂ ਕਹਿੰਦੇ ਔਰਤਾਂ ਨੂੰ ਛੁੱਟੀ ਮਿਲਦੀ ਹੈ, ਫਿਰ ਮਰਦਾਂ ਨੂੰ ਕੀ ਮਿਲਦਾ? ਮਰਦਾਂ ਨੂੰ ਮਿਲਦੀ ਹੈ ਪਟੈਂਟਰੀ ਲੀਵ 8.128 ਦੇ ਅਧੀਨ, ਇਹ 8.127 ਹੈ। ਇਹਦੇ ਵਿੱਚ ਮਰਦਾਂ ਨੂੰ 15 ਦਿਨ ਦੀ ਛੁੱਟੀ
ਮਿਲਦੀ ਹੈ। ਮਿਲਦੀ ਕਿਹੜੇ ਦਿਨ ਤੋਂ ਹੈ? ਬੱਚਾ ਹੋਣ ਤੋਂ ਬਾਅਦ, ਬੱਚਾ ਜਿੱਦੇ ਹੋਇਆ ਉਹਦੇ ਤੋਂ ਉਹਦੇ 15 ਦਿਨ ਦੀ ਛੁੱਟੀ ਮਿਲੂਗੀ। ਫਿਰ ਤੁਸੀਂ ਕਹੋਗੇ ਵੀ ਇਹ ਲੋਕ ਕਾਹਨੂੰ ਪਤਾ ਨਹੀਂ ਕੀ ਨਹੀਂ, ਵੀ ਇਹ ਲੈਂਦੇ ਹੀ ਨਹੀਂ ਹੈਗੇ ਲੋਕ। ਇਹ ਤਾਂ ਨਹੀਂ ਲੈਂਦੇ ਕਿਉਂਕਿ ਇਹ ਲਾਉਂਗੇ ਤਾਂ ਤੁਹਾਡੀਆਂ 30 HPL ਕੱਟੀਆਂ ਜਾਣਗੀਆਂ। ਮਤਲਬ ਇਹ ਹੈ ਵੀ ਇਹ ਛੁੱਟੀ ਤੁਹਾਨੂੰ ਮਿਲ ਰਹੀ ਹੈ, ਬਸ ਤੁਹਾਨੂੰ ਬਿਮਾਰ ਹੋਣ ਦੀ ਲੋੜ ਨਹੀਂ। ਇਹ 15 ਦਿਨ ਦੀ ਛੁੱਟੀ ਲੈਣ ਵਾਸਤੇ ਤੁਹਾਡੇ 30 HPL ਤਾਂ ਕੱਟੀਆਂ ਗਈਆਂ, ਪਰ ਤੁਹਾਨੂੰ ਬਿਮਾਰੀ ਦਾ ਸਰਟੀਫਿਕੇਟ ਦੇਣ ਦੀ ਜ਼ਰੂਰਤ ਨਹੀਂ ਹੈ। ਬਿਨਾਂ ਬਿਮਾਰ ਹੋਏ ਵੀ ਮਿਲ ਜਾਣਗੀਆਂ। ਪੈਰੈਂਟਲ ਲੀਵ ਟੂ ਏ ਮੇਲ ਇੰਪਲੋਈ ਹੈਵਿੰਗ ਲੈੱਸ ਦੈਨ 2 ਚਿਲਡਰਨ ਅਪ ਟੂ 15 ਡੇਜ਼ ਮੇ ਵੀ ਗਰੰਟਡ ਟੂ ਲੁੱਕ ਆਫਟਰ ਨਿਊ ਬੇਬੀ, ਡਬਲ ਆਫ ਦਾ ਹਾਫ ਪੇ ਲੀਵ ਵਿਲ ਬੀ ਡੈਬਿਟਡ। ਮਤਲਬ ਉਹਦੀਆਂ ਅੱਧੀ ਤਨਖਾਹ ਵਾਲੀਆਂ ਛੁੱਟੀਆਂ 30 ਉਹਦੀਆਂ ਕੱਟੀਆਂ ਜਾਣਗੀਆਂ ਜੋ 15 ਦਿਨ ਦੀ ਛੁੱਟੀ ਲੈਂਦਾ। ਇਸੇ ਕਰਕੇ ਆਪਣੇ ਮੁਲਾਜ਼ਮ ਇਹ ਛੁੱਟੀ ਨੂੰ ਨਹੀਂ ਲੈਂਦੇ। ਹੋਸਪਿਟਲ ਲੀਵ, ਇਹਦੇ ਵਿੱਚ ਵੀ ਇਹ ਕਹਿੰਦੇ ਗਰੁੱਪ ਡੀ ਨੂੰ ਮਿਲਦੀ ਹੈ ਜਾਂ ਸੀ ਨੂੰ ਜਿਹੜੇ ਕੋਈ ਡੇਂਜਰਸ ਵਰਕ ਕਰਦੇ ਨੇ। ਇਹ ਵੀ 120 ਦਿਨ ਤੱਕ ਉਹਨੂੰ ਫੁੱਲ ਮਿਲ ਸਕਦੀ ਹੈ, ਬਾਕੀ ਉਹਨੂੰ ਅੱਧੀ ਪੇ ਦੇ ਉੱਤੇ ਮਿਲਣੀਆਂ ਨੇ। ਇਹ ਵੀ ਕੋਈ ਬਾਹਲੀ ਕਦੇ ਸੁਣੀ ਨਹੀਂ ਵੀ ਕਿਸੇ ਨੇ ਲੈਤੀ ਹੋਵੇ, ਦਿੰਦੇ ਹੀ ਨਹੀਂ ਆਪਣੇ ਡਿਪਾਰਟਮੈਂਟਾਂ ਦੇ ਵਿੱਚ, ਘੱਟ ਹੀ ਦਿੰਦੇ ਨੇ। ਅਡੋਪਸ਼ਨ ਲਈ, ਅਡੋਪਸ਼ਨ ਦਾ ਮਤਲਬ ਹੁੰਦਾ ਕਿਸੇ ਨੇ ਕੋਈ ਬੱਚਾ ਗੋਦ ਲਿਆ, ਕਾਨੂੰਨੀ ਪ੍ਰਕਿਰਿਆ ਦੇ ਰਾਹੀਂ ਉਹਨਾਂ ਨੇ ਬੱਚਾ ਕਿਸੇ ਨੇ ਗੋਦ ਲੈ ਲਿਆ ਤਾਂ ਉਹਨੂੰ ਵੀ ਇਹ ਛੁੱਟੀਆਂ ਮਿਲ ਜਾਂਦੀਆਂ ਨੇ। ਅਡੋਪਸ਼ਨ ਲਈ ਕਿੰਨੇ ਚਿਰ ਤੱਕ ਮਿਲਦੀ ਹੈ? ਜਿੰਨੇ ਚਿਰ ਤੱਕ ਬੱਚਾ 3 ਮਹੀਨੇ ਦਾ ਨਹੀਂ ਹੁੰਦਾ। ਹੁਣ ਤੁਸੀਂ 1 ਦਿਨ ਦਾ ਬੱਚਾ ਲੈ ਲਿਆ ਗੋਦ, ਤਾਂ ਜਿੰਨਾ ਚਿਰ ਬੱਚਾ 3 ਮਹੀਨੇ ਦਾ ਨਹੀਂ ਹੁੰਦਾ ਤਾਂ ਤੁਸੀਂ 3 ਮਹੀਨੇ ਤੱਕ ਅਡੋਪਸ਼ਨ ਲੀਵ ਲੈ ਸਕਦੇ ਹੋ ਬੱਚੇ ਨੂੰ ਸੰਭਾਲਣ ਵਾਸਤੇ। ਮਿਲੂ ਕਿਹਨੂੰ? ਕੇਵਲ ਫੀਮੇਲ ਕਰਮਚਾਰੀ ਨੂੰ ਹੀ ਮਿਲਣੀ ਹੈ। ਲਿਖਿਆ ਵੀ ਦੇਖੋ, ਪੜ੍ਹ ਲਓ, 3 ਮੰਥ ਔਰ ਟਿਲ ਦਾ ਚਾਈਲਡ ਅਟੇਨ ਦਾ ਏਜ ਆਫ 3 ਮੰਥਸ ਵਿੱਚ ਐਵਰੀ ਲੈਸ ਮੇ ਵੀ ਅਲਾਊਡ ਟੂ ਫੀਮੇਲ ਇੰਪਲੋਈ ਹੂ ਹੈਵ ਨੋਟ ਓਨ ਚਾਈਲਡ ਫੋਰ ਅਡੋਪਸ਼ਨ ਆਫ ਚਾਈਲਡ ਲੀਗਲੀ। ਜਿਨ੍ਹਾਂ ਕੋਲ ਲੀਗਲ ਮਤਲਬ ਆਪਣਾ ਬੱਚਾ ਨਹੀਂ ਹੈਗਾ ਤਾਂ ਉਹਨਾਂ ਨੇ ਕੋਈ ਬੱਚਾ ਗੋਦ ਲਿਆ ਗਾ। ਉਸ ਤੋਂ ਬਾਅਦ ਆਉਂਦੇ ਚਾਈਲਡ ਕੇਅਰ ਲੀਵ। ਚਾਈਲਡ ਕੇਅਰ ਲੀਵ ਵੀ ਪੰਜਾਬ ਦੇ ਵਿੱਚ ਘੱਟ ਹੀ ਪ੍ਰਚਲਿਤ ਆ, ਪਰ ਜਿਨ੍ਹਾਂ ਦੀ ਅਪਰੋਚ ਆ ਦੇਖੋ ਲਈ ਜਾਂਦੇ ਨੇ। ਇਹ ਹੁੰਦੇ ਬੱਚੇ ਨੂੰ ਸੰਭਾਲਣ ਦੀ ਛੁੱਟੀ। ਕਦੋਂ ਸੰਭਾਲਣਾ ਬੱਚੇ ਨੂੰ? ਦੋ ਹਾਲਤਾਂ ਦਿੱਤੀਆਂ ਨੇ ਇਹਨਾਂ ਨੇ ਮੇਨਲੀ, ਬਿਮਾਰ ਅਤੇ ਦੂਜਾ ਉਹਦੇ ਪੇਪਰ ਹੋਣ। ਹੁਣ ਪੇਪਰਾਂ ਵਾਲੇ ਤਾਂ ਤੁਹਾਨੂੰ ਪਤਾ ਘੱਟ ਹੀ ਛੁੱਟੀ ਅਪਰੂਵ ਕਰਦੇ ਨੇ, ਫਿਰ ਗੱਲ ਆ ਗਈ ਬਿਮਾਰ ਦੀ। ਅਤੇ ਇਹਦੇ ਵਿੱਚ ਇਹਨਾਂ ਨੇ ਆਖਿਆ ਵੀ 365 ਦਿਨ ਤੱਕ ਉਹ ਛੁੱਟੀ ਲੈ ਸਕਦਾ ਵੱਧ ਤੋਂ ਵੱਧ ਪੂਰੀ ਸਰਵਿਸ ਦੇ ਵਿੱਚ। ਇਹਦੇ ਵਿੱਚ ਹੈ ਵੀ ਉਹਦੇ ਬੱਚੇ ਦੀ ਜਿਹੜੀ ਉਮਰ ਹੈ ਉਹ 18 ਸਾਲ ਤੋਂ ਜ਼ਿਆਦਾ ਨਾ ਹੋਵੇ। ਜਿਹੜਾ ਦੂਜਾ ਬੱਚਾ ਉਹਦਾ, ਮਤਲਬ ਦੋ ਬੱਚੇ ਨੇ ਕੋਈ, ਇੱਕ 16 ਸਾਲ ਦਾ ਇੱਕ 18 ਸਾਲ ਦਾ, ਜਿੰਨਾ ਚਿਕਰ ਤੱਕ ਦੂਜੇ ਨੰਬਰ ਵਾਲਾ ਬੱਚਾ ਦਾ ਲੀਵ ਇਜ ਐਡਮਿਸੀਬਲ ਟੂ ਲੁੱਕ ਆਫਟਰ ਆਫ 2 ਐਲਡੈਸਟ ਚਿਲਡਰਨ, ਦੋ ਵੱਡੇ ਬੱਚੇ ਅਪ ਟੂ ਦਾ ਏਜ ਆਫ 18 ਈਅਰ ਫੋਰ ਦੇਅਰ ਨੀਡ ਇਨ ਐਗਜ਼ਾਮੀਨੇਸ਼ਨ ਔਰ ਸਿਕਨੈਸ ਪਰੂਫ ਟੂ ਬੀ ਅਟੈਚਡ ਵਿਦ ਲੀਵ ਐਪਲੀਕੇਸ਼ਨ। ਇਹਦੀ ਕੰਡੀਸ਼ਨ ਇਹ ਹੈ ਵੀ ਇੱਕ ਵਾਰੀ ਦੇ ਵਿੱਚ 15 ਦਿਨ ਤੋਂ ਘੱਟ ਨਹੀਂ ਮਿਲਣੀ,
ਅਤੇ ਮੈਕਸੀਮਮ ਤੁਸੀਂ ਇੱਕ ਸਾਲ ਦੇ ਵਿੱਚ 3 ਸਪੈਲ ਹੀ ਲੈ ਸਕਦੇ ਹੋ। ਇਹ ਲੀਵ ਤੁਹਾਡਾ ਰਾਈਟ ਨਹੀਂ ਹੈ, ਦਾ ਲੀਵ ਕਾਂਟ ਬੀ ਕਲੇਮਡ ਐਜ ਔਰ ਰਾਈਟ। ਵੀ ਇਹ ਨਹੀਂ ਜੀ ਮੇਰਾ ਬੱਚਾ ਬਿਮਾਰ ਹੈ ਤਾਂ ਮੈਂ ਛੁੱਟੀ 'ਤੇ ਚੱਲੀ, ਤੁਹਾਨੂੰ ਛੁੱਟੀ ਪਹਿਲਾਂ ਅਪਰੂਵ ਕਰਾਉਣੀ ਪੈਣੀ ਹੈ, ਮਨਜ਼ੂਰੀ ਲੈਣੀ ਪੈਣੀ ਹੈ। ਜੇ ਕਿਸੇ ਬੰਦੇ 'ਤੇ ਕੋਈ ਇਨਕੁਆਇਰੀ ਵਗੈਰਾ ਚੱਲ ਰਹੀ ਹੈ ਫਿਰ ਉਹਨੂੰ ਛੁੱਟੀ ਨਹੀਂ ਮਿਲਣੀ। ਇਹਦੇ ਰਿਗਾਰਡਿੰਗ ਬਹੁਤ ਸਾਰੇ ਲੈਟਰ ਸਮੇਂ ਸਮੇਂ 'ਤੇ ਚਾਈਲਡ ਕੇਅਰ ਲੀਵ CCL ਬੋਲਦੇ ਨੇ ਇਹਨੂੰ, ਜਾਰੀ ਹੁੰਦੇ ਰਹਿੰਦੇ ਨੇ, ਠੀਕ ਹੈ। ਫਿਰ ਡਿਪਾਰਟਮੈਂਟ ਨੇ ਵੀ ਆਖਿਆ ਵੀ ਹੁਣ ਪੇਪਰ ਸਭ ਦੇ ਮਾਰਚ ਜਾਂ ਫੈਬ 'ਚ ਹੁੰਦੇ ਨੇ ਬੱਚਿਆਂ ਦੇ, ਇਹਨਾਂ ਦਿਨਾਂ ਦੇ ਵਿੱਚ ਕਹਿੰਦੇ ਪੇਪਰ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਵੀ ਹੁੰਦੇ ਨੇ, ਉਹਨਾਂ ਦਿਨਾਂ ਦੇ ਵਿੱਚ ਜਿਵੇਂ ਅਧਿਆਪਕ ਵਰਗ ਆ ਉਹਨਾਂ ਨੂੰ ਮਨ੍ਹਾ ਕੀਤਾ ਹੋਇਆ ਵੀ ਛੁੱਟੀ ਘੱਟ ਤੋਂ ਘੱਟ, ਬਹੁਤ ਹੀ ਐਮਰਜੈਂਸੀ ਹਾਲਤ ਹੈ ਫਿਰ ਹੀ ਦਿੰਦੇ ਨੇ, ਅਦਰਵਾਈਜ਼ ਦਿੰਦੇ ਨਹੀਂ ਹੈਗੇ। ਉਸ ਤੋਂ ਬਾਅਦ ਆ ਜਾਂਦੀ ਐਕਸ ਇੰਡੀਆ ਲੀਵ। ਐਕਸ ਇੰਡੀਆ ਲੀਵ ਨੂੰ ਬੋਲਦੇ ਨੇ ਵਿਦੇਸ਼ੀ ਛੁੱਟੀ। ਵਿਦੇਸ਼ੀ ਦੇ ਭਾਵ ਕੀ ਹੈ, ਜੇ ਤੁਸੀਂ ਇੰਡੀਆ ਤੋਂ ਬਾਹਰ ਜਾਣਾ ਹੈ ਤਾਂ ਉਹਦੇ ਲਈ ਤੁਹਾਨੂੰ ਐਕਸ ਇੰਡੀਆ ਲੀਵ ਲੈਣੀ ਪੈਂਦੀ ਹੈ। ਇਹ ਵੱਧ ਤੋਂ ਵੱਧ 3 ਮਹੀਨੇ ਦੀ ਇਹਨਾਂ ਨੇ ਲਿਖਿਆ ਵੀ ਮਿਲਦੀ ਹੈ, ਠੀਕ ਹੈ। ਇਹਦੇ ਵਿੱਚ ਵੀ ਇਹ ਵੀ ਕੋਈ ਜ਼ਰੂਰੀ ਨਹੀਂ ਤੁਹਾਨੂੰ ਕੋਈ ਦੇਵੇ ਜਾਂ ਨਾ ਦੇਵੇ, ਪਰਸੋਨਲ ਡਿਪਾਰਟਮੈਂਟ ਨੂੰ ਆਪਾਂ ਇੱਕ ਵਾਰੀ ਭੇਜਦੇ ਹਾਂ ਤਾਂ ਉੱਥੋਂ ਛੁੱਟੀ ਅੱਗੋਂ ਅਪਰੂਵ ਹੁੰਦੀ ਹੈ, ਕੇਸ ਬਣਾ ਕੇ ਭੇਜਣਾ ਪੈਂਦਾ। ਐਜੂਕੇਸ਼ਨ ਡਿਪਾਰਟਮੈਂਟ 'ਚ ਕਾਫੀ ਲਾ ਆਉਂਦਾ ਟਾਈਮ ਵਗੈਰਾ, ਤਾਂ ਈ ਪੰਜਾਬ ਦੇ ਉੱਤੇ ਅਪਲਾਈ ਹੁੰਦਾ, ਕਈ ਡਿਪਾਰਟਮੈਂਟ ਦਾ HRMS 'ਤੇ ਵੀ ਹੁੰਦਾ, ਤਾਂ ਇੱਦਾਂ ਇੱਦਾਂ ਜਿਵੇਂ ਜਿਵੇਂ ਤੁਹਾਡੇ ਡਿਪਾਰਟਮੈਂਟ ਅਲਾਓ ਕਰਦੇ ਨੇ ਇਸ ਤਰ੍ਹਾਂ ਚੱਲੀ ਜਾਂਦਾ। ਇਹਦੇ ਰਿਗਾਰਡਿੰਗ ਇੰਸਟਰਕਸ਼ਨਾਂ ਜਾਰੀ ਹੋਈਆਂ ਨੇ ਜਿਵੇਂ 20/7/17 ਨੂੰ, ਠੀਕ ਹੈ। ਵਿਦੇਸ਼ੀ ਛੁੱਟੀ ਜਿਵੇਂ ਇਹਦੇ ਪਰ ਇੱਕ ਜ਼ਰੂਰ ਪੁਆਇੰਟ ਤੁਹਾਡਾ ਕਲੀਅਰ ਕਰ ਦਈਏ, ਇੱਕ ਕਰਮਚਾਰੀ ਮੰਨ ਲਓ 15 ਮਈ ਤੋਂ ਲੈ ਕੇ 30 ਜੂਨ ਤੱਕ ਵਿਦੇਸ਼ੀ ਛੁੱਟੀ ਲੈਂਦਾ 45 ਦਿਨ ਦੀ, ਅਤੇ ਉਹਨੂੰ ਇਹਦੇ ਵਿੱਚ ਜੂਨ ਮਹੀਨੇ ਦੇ ਵਿੱਚ ਸਰਕਾਰੀ ਛੁੱਟੀਆਂ ਆ ਗਈਆਂ, ਤਾਂ ਉੱਥੇ ਕਰਮਚਾਰੀ 15 ਮਈ ਤੋਂ ਲੈ ਕੇ 31 ਮਈ ਤੱਕ ਜਾਂ ਜੋ ਵੀ ਦਿਨ ਬਣਦੇ ਨੇ ਉਹਦੇ, 46 ਦਿਨ ਛੁੱਟੀ ਬਣ ਗਈ। ਤਾਂ ਇਹ ਜਿਹੜੇ 16 ਦਿਨ ਨੇ, ਇੰਨੇ ਦਿਨਾਂ ਦੀ ਤਾਂ ਉਹ ਕਮਾਈ ਛੁੱਟੀ ਜਾਂ ਹਾਫ ਪੇ ਲੀਵ ਲੈ ਸਕਦਾ। ਉਸ ਤੋਂ ਬਾਅਦ ਉਹ ਆਪਦੀ ਛੁੱਟੀ ਦੇ ਵਿੱਚ 30 ਦਿਨ ਤੱਕ ਜਿਹੜੀ ਛੁੱਟੀ ਹੈ ਉਹ ਇਹ ਕਹਿ ਸਕਦਾ ਮੈਨੂੰ ਸਰਕਾਰੀ ਛੁੱਟੀਆਂ ਨੇ, ਮੈਨੂੰ ਕੇਵਲ ਸਟੇਸ਼ਨ ਛੱਡਣ ਦੀ ਆਗਿਆ ਦਿੱਤੀ ਜਾਵੇ। ਤਾਂ ਮਤਲਬ ਕਹਿੰਦਾ ਵਾ 46 ਐਕਸ ਇੰਡੀਆ ਲੀਵ ਲੈ ਕੇ ਵੀ ਉਹਨੂੰ ਕੇਵਲ ਜੇ ਉਹ ਵੋਕੇਸ਼ਨਲ ਕਰਮਚਾਰੀ ਹੈ, ਅਧਿਆਪਕ ਹੈ, ਤਾਂ ਉਹਨੂੰ 30 ਛੁੱਟੀਆਂ ਉਹਦੀਆਂ ਜਿਹੜੀਆਂ ਸਰਕਾਰੀ ਛੁੱਟੀਆਂ ਨੇ ਉਹ ਬਚ ਸਕਦੀਆਂ ਨੇ ਜੇ ਉਹਨੂੰ ਰੂਲਾਂ ਬਾਰੇ ਨੌਲੇਜ ਹੈਗੀ ਆ, ਠੀਕ ਹੈ। ਉਸ ਤੋਂ ਬਾਅਦ ਆ ਜਾਂਦੀ ਹੈ ਆਪਣੀ ਸਭ ਤੋਂ ਪਿਆਰੀ ਅਚਨਚੇਤ ਛੁੱਟੀ। ਪੰਜਾਬੀ ਦਾ ਠੇਠ ਵਰਡ ਹੈ ਇਤਫਾਕੀਆ ਛੁੱਟੀ, ਇਤਫਾਕੀਆ ਛੁੱਟੀ। ਚਲੋ ਕਹਿ ਨੂੰ ਲੋਕ ਸੀ ਲੀਵ ਦਿੰਦੇ ਨੇ, ਆਮ ਹੀ ਪ੍ਰਚਲਿਤ ਹੈ, ਸਾਰੇ ਲੈਂਦੇ ਨੇ। ਤਾਂ ਇਹਦੇ ਵਿੱਚ ਜਿਹੜੇ ਕੰਡੀਸ਼ਨਾਂ ਨੇ ਉਹ ਕੀ ਨੇ, ਕੋਈ ਵੀ ਜਿਹੜੀ ਫੀਮੇਲ ਇੰਪਲੋਈ ਹੈ, ਐੱਫ ਫੋਰ ਫੀਮੇਲ, ਤਾਂ ਉਹਨੂੰ ਇਹ 20 ਦਿਨ ਦੀ ਛੁੱਟੀ ਮਿਲਦੀ ਹੈ। ਐੱਮ ਫੋਰ ਮੇਲ, ਮੇਲ 'ਤੇ ਇਹਨਾਂ ਨੇ 3 ਕੰਡੀਸ਼ਨ ਅਪਲਾਈ ਕਰਤੀਆਂ, 0 ਤੋਂ ਲੈ ਕੇ 10 ਸਾਲ, 10 ਤੋਂ ਲੈ ਕੇ 20 ਸਾਲ,
20 ਤੋਂ ਲੈ ਕੇ ਜਿੰਨਾ ਚਿਰ ਤੱਕ ਨੌਕਰੀ ਕਰੋ। ਪਹਿਲੇ 10 ਸਾਲ ਉਹਨੂੰ 10 ਛੁੱਟੀਆਂ ਮਿਲਦੀਆਂ ਨੇ, ਅਗਲੇ 10 ਸਾਲ ਉਹਨੂੰ 15 ਛੁੱਟੀਆਂ ਮਿਲਦੀਆਂ ਨੇ, ਅਤੇ 20 ਸਾਲਾਂ ਬਾਅਦ ਕਹਿੰਦੇ ਔਰਤ ਦੇ ਬੰਦੇ ਦੇ ਵਿੱਚ ਫਰਕ ਸਰਕਾਰਾਂ ਖਤਮ ਕਰ ਦਿੰਦੀਆਂ ਨੇ, 20 ਸਾਲ ਦੀ ਨੌਕਰੀ ਹੋ ਜਾਂਦੀ ਹੈ, ਫਿਰ ਉਹਨੂੰ ਵੀ ਫੀਮੇਲ ਵਾਂਗੂ 20 ਛੁੱਟੀਆਂ ਹੀ ਮਿਲਦੀਆਂ ਨੇ, ਠੀਕ ਹੈ ਜੀ। ਅਤੇ ਇੱਥੇ ਕੰਡੀਸ਼ਨ ਦੇ ਵਿੱਚ ਇੱਕ ਲੈਟਰ ਤੁਹਾਨੂੰ ਦਿਖਾਉਣਾ ਮੈਂ ਹੁਣੀ, ਪਰਸੋਨਲ ਦਾ ਡਿਪਾਰਟਮੈਂਟ ਦਾ ਲੈਟਰ ਹੈ। ਤਾਂ ਇੱਕ ਕਰਮਚਾਰੀ ਮੰਨ ਲਓ 27 ਸਤੰਬਰ ਨੂੰ ਜੌਬ ਦੇ ਵਿੱਚ ਆਉਂਦਾ, ਪੱਕੀ ਨੌਕਰੀ ਦੇ ਵਿੱਚ ਆਉਂਦਾ, ਕਈ ਇਹ ਕਹਿ ਦਿੰਦੇ ਨੇ ਉਹਦੇ DDO ਜਾਂ ਮਤਲਬ ਹੋਰ ਵੀ ਤੁਹਾਨੂੰ ਛੁੱਟੀਆਂ ਜਿਹੜੀਆਂ ਨੇ ਉਹ ਪ੍ਰਪੋਰਸ਼ਨੈਲਿਟੀ ਮਿਲਣਗੀਆਂ, ਕਿਉਂਕਿ ਕਹਿੰਦੇ ਤੁਹਾਡੇ ਦੇ ਸਿਰਫ 3 ਮਹੀਨੇ ਹੀ ਇਸ ਸਾਲ ਦੇ ਵਿੱਚ ਤੁਹਾਡੇ ਬਣੇ, 3 ਮਹੀਨਿਆਂ ਦੇ ਮੁਤਾਬਕ ਤੁਹਾਨੂੰ ਤੁਸੀਂ 20 ਨੇ ਤਾਂ 20 ਨੇ ਵੰਡ ਕੇ ਸਿਰਫ ਤੁਹਾਡੀਆਂ ਮਤਲਬ 5 ਕੁ ਛੁੱਟੀਆਂ ਬਣੀਆਂ, ਜੇ ਮੇਲ ਇੰਪਲੋਈ ਹੈ ਤਾਂ ਕਹਿੰਦੇ ਤੁਹਾਨੂੰ 3 ਹੀ ਦੇਵਾਂਗੇ, ਉਹ ਨਹੀਂ ਹੈ, ਲੈਟਰ ਪਿਆ ਜਦੋਂ ਮਰਜ਼ੀ ਤੁਸੀਂ ਜੁਆਇਨ ਕਰੋ ਪੂਰੇ ਸਾਲ ਦੀਆਂ ਤੁਸੀਂ 20 ਛੁੱਟੀਆਂ ਫੀਮੇਲ, ਅਤੇ ਜਿਹੜਾ ਮੇਲ ਆ ਉਹ 10 ਛੁੱਟੀਆਂ ਦਾ ਹੱਕਦਾਰ ਹੈ ਲਿਖਿਆ। ਭਾਵੇਂ ਉਹ ਕਰਮਚਾਰੀ ਦਸੰਬਰ ਮਹੀਨੇ ਦੇ ਵਿੱਚ ਵੀ ਸੇਵਾ ਜੁਆਇਨ ਕਰਦਾ ਤਾਂ ਵੀ ਉਹਨੂੰ ਕੈਲੰਡਰ ਸਾਲ ਦੀਆਂ ਪੂਰੀਆਂ ਛੁੱਟੀਆਂ ਮਿਲਣਗੀਆਂ। ਤਾਂ ਤੁਸੀਂ ਲੈਟਰ ਸਕਰੀਨਸ਼ੋਟ ਮਾਰ ਕੇ ਰੱਖ ਸਕਦੇ ਹੋ, ਵੈਬਸਾਈਟ ਤੋਂ ਵੀ ਲੱਭ ਸਕਦੇ ਹੋ। ਦੇਖੋ ਲਿਖਿਆ ਵੀ ਇੱਥੇ ਇਹ ਮੇਲ ਵਾਸਤੇ ਹੈ, 10 ਸਾਲ ਤੋਂ ਘੱਟ ਸੇਵਾ ਗਈ ਤਾਂ 10 ਦਿਨ, 10 ਤੋਂ 20 ਹੈ ਤਾਂ 20 ਦਿਨ ਆ 15 ਦਿਨ, 20 ਤੋਂ ਵੱਧ ਹੈ ਤਾਂ ਫਿਰ 20 ਦਿਨ ਉਹਦੇ, 20 ਸਾਲ ਸੇਵਾ ਕਰ ਲਈ ਤਾਂ ਫਿਰ ਉਹਦੀਆਂ 20 ਛੁੱਟੀਆਂ ਬਣ ਜਾਂਦੀਆਂ ਨੇ। ਇਸਤਰੀ ਮੁਲਾਜ਼ਮਾਂ ਨੂੰ ਪੂਰੀਆਂ ਹੀ ਨੇ। ਕਈ ਇਹ 'ਚ ਪੁੱਛਦੇ ਨੇ ਵੀ ਇੱਕ ਸਾਡੇ ਡਿਪਾਰਟਮੈਂਟਾਂ 'ਚ ਚੱਲਦੀ 1/3, 1/2, 1/3 ਹੁੰਦੀ ਹੈ ਸ਼ੋਰਟ ਲੀਵ, ਸ਼ੋਰਟ ਲੀਵ ਜਿਹੜੀ ਹੁੰਦੀ ਹੈ 2 ਘੰਟੇ ਜਾਂ ਇਸ ਤੋਂ ਘੱਟ ਸਮੇਂ ਲਈ ਹੁੰਦੀ ਹੈ, 2 ਘੰਟੇ ਜਾਂ 2 ਤੋਂ ਘੱਟ ਸਮੇਂ ਲਈ 1/3, 2 ਤੋਂ ਲੈ ਕੇ 3.5 ਘੰਟੇ ਦੇ ਲਈ 1/2 ਦਿਨ, ਅਤੇ ਜੇ ਉਹ 3.5 ਘੰਟੇ ਤੋਂ ਵੱਧ ਲੈਂਦਾ ਤਾਂ 1 ਦਿਨ ਉਹਦੀ ਛੁੱਟੀ ਕਾਊਂਟ ਹੋਣੀ ਹੈ, ਠੀਕ ਹੈ। ਤਾਂ ਇਹ ਹੈਗਾ ਸ਼ੋਰਟ ਲੀਵ ਦੇ ਵਾਸਤੇ ਆਪਣਾ ਤੁਹਾਡਾ ਲੈਟਰ ਤੁਹਾਡੇ ਨਾਲ ਸਾਂਝਾ ਕੀਤਾ। ਉਮੀਦ ਹੈ ਵੀ ਤੁਹਾਡਾ ਸਮਾਂ ਤਾਂ ਕਾਫੀ ਮਹੀਨੇ ਲੈ ਲਿਆ ਅਤੇ ਸਮਝ ਵੀ ਲੱਗ ਗਈ ਹੋਊਗੀ। ਸਕਰੀਨਸ਼ੋਟ ਲੈ ਸਕਦੇ ਹੋ ਤੁਸੀਂ, ਪਹਿਲੇ ਪੇਜ ਦਾ, ਦੂਜੇ ਪੇਜ ਦਾ। ਫਿਰ ਵੀ ਕਿਸੇ ਚੀਜ਼ ਦੀ ਹੋਰ ਜ਼ਰੂਰਤ ਹੋਈ, ਕੋਈ ਡਿਟੇਲ 'ਚ ਕਿਸੇ ਛੁੱਟੀਆਂ ਦੇ ਸੰਬੰਧੀ ਗੱਲ ਕਰਨੀ ਹੋਈ ਤਾਂ ਮੈਸੇਜ ਕਰਦੇ, ਆਪਾਂ ਕੋਸ਼ਿਸ਼ ਕਰਾਂਗੇ ਫਿਰ ਡਿਟੇਲ ਦੇ ਵਿੱਚ ਉਸ ਟੋਪਿਕ ਦੇ ਉੱਤੇ ਵੀਡੀਓ ਬਣਾ ਦਾਂਗੇ। ਅਤੇ ਜੇ ਤੁਹਾਨੂੰ ਪਸੰਦ ਆਈ ਤਾਂ ਅੱਗੇ ਜ਼ਰੂਰ ਸ਼ੇਅਰ ਕਰ ਦਿਓ, ਅਤੇ ਤੁਸੀਂ ਵੀ ਲਾਈਕ ਕਰ ਲਿਓ, ਸਬਸਕ੍ਰਾਈਬ ਕਰ ਲਿਓ, ਅਤੇ ਬਾਕੀਆਂ ਤੋਂ ਵੀ ਕਰਵਾ ਦਿਓ। ਥੈਂਕ ਯੂ।